ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਠੰਡ ਮਨਾ ਰਹੇ ਹਾਂ ਅਸੀਂ, ਬਾਹਰ ਬੜੀ ਸੋਹਣੀ ਬਰਫ਼ ਅਤੇ ਬਾਰਿਸ਼ ਦੋਨੋਂ ਇਕੱਠੇ ਹੋ ਰਹੇ ਹੈ। ਸੋ ਪਰਫੈਕਟ ਮੌਸਮ ਹੈ ਕਿ ਅੰਦਰ ਬੈਠ ਕੇ ਆਪਣੇ ਮਨਪਸੰਦ ਬੰਦਿਆਂ ਨਾਲ ਗੱਲ ਕੀਤੀ ਜਾਏ। ਹਮੇਸ਼ਾ ਵਾਕਣ ਬੜੇ ਸਾਰੇ ਕੇਸਿਸ ਜਿਹਦੇ ਨਾਲ ਸਾਡਾ ਨਾ ਵੀ ਰੀਅਲੀ ਫੀਲ ਬੈਡ, ਬਟ ਇੱਕ ਗੱਲੋਂ ਚੰਗਾ ਵੀ ਹੈ ਕਿ ਐਟਲੀਸਟ ਉਹਨਾਂ ਕੋਲ ਕੋਈ ਹੈਗਾ ਗੱਲ ਕਰਨ ਵਾਲਾ, ਅਸੀਂ ਸਾਰੇ ਬੈਠ ਕੇ ਇੱਥੇ ਗੱਲ ਕਰ ਰਹੇ ਹਾਂ। ਸੋ ਹੋਪਫੁਲੀ ਉਹਨਾਂ ਦਾ ਮਨ ਕੁਛ ਹਲਕਾ ਹੋਏਗਾ। ਇਹ ਜਿਨ੍ਹਾਂ ਨੇ ਸਾਨੂੰ ਕੰਟੈਕਟ ਕੀਤਾ ਹੈ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਹੈ, ਐਂਡ ਯਕੀਨਨ ਮੇਰਾ ਵੀ ਮਨ ਬੜਾ ਬੁੱਝ ਜਿਹਾ ਗਿਆ ਸੀ ਉਹਨਾਂ ਨਾਲ ਗੱਲ ਕਰਦੇ, ਕਿਉਂਕਿ ਰੋ ਰਹੇ ਸੀ ਫੋਨ 'ਤੇ। ਯੂ ਨੋ, ਇੱਕ ਆਈ ਨੋ ਅਸੀਂ ਐਕਸਪੈਕਟ ਕਰਦੇ ਹਾਂ ਬੰਦਿਆਂ ਨੂੰ, ਯੂ ਨੋ, ਸਟਰੋਂਗ, ਐਂਡ ਇਸ ਪਿੱਛੇ ਹਮੇਸ਼ਾ ਕਹਿੰਦੇ ਹਾਂ ਕਿ ਹਰ ਇੱਕ ਨੂੰ ਹੱਕ ਹੈ ਕਿ ਉਹ ਰੋ ਸਕਣ, ਆਪਣੀ ਇਮੋਸ਼ਨਸ ਐਕਸਪ੍ਰੈਸ ਕਰ ਸਕਣ, ਪਰ ਸਮ ਹਾਓ ਅਸੀਂ ਇਸ ਪ੍ਰੇਰਨਾ ਕਿ ਇੱਕ ਵੱਡਾ, ਯੂ ਨੋ, ਜਵਾਨ ਬੰਦਾ ਅਗਰ ਰੋ ਪਏ, ਸਪੈਸ਼ਲੀ ਮੇਲ, ਯੂ ਨੋ, ਅਤੇ ਦਿਲ ਇੰਝ ਹੁੰਦਾ ਕਿ ਕੋਈ ਖਾਸ ਹੀ ਜਿਵੇਂ ਇੱਕ ਪੁਆਇੰਟ 'ਤੇ ਪਹੁੰਚਾਉਣਾ ਜਿਹੜਾ ਇੰਝ ਫੁੱਟ ਫੁੱਟ ਕੇ ਬੰਦਾ ਰੋ ਰਿਹਾ। ਸੋ ਜੋ ਸ਼ੇਅਰ ਕਰ ਰਹੇ ਸੀ ਉਹ ਵੀ ਬੜਿਆਂ ਨੇ ਕੀਤਾ, ਵੀ ਡੂ ਅੰਡਰਸਟੈਂਡ, ਗਲਤ ਹੈ, ਠੀਕ ਨਹੀਂ ਹੈ, ਉਹਨਾਂ ਨੇ ਵੀ ਗਲਤ ਕੀਤਾ, ਅਸੀਂ ਫਿਰ ਵੀ ਜਿਸ ਤਰ੍ਹਾਂ ਅਸੀਂ ਪ੍ਰੋਮਿਸ ਕੀਤਾ ਹੋਇਆ ਇਸ ਮੰਚ ਦੇ ਉੱਤੇ ਕਿ ਬਿਨਾਂ ਜਜਮੈਂਟਲ ਹੋਏ ਅਸੀਂ ਗੱਲ ਸੁਣਾਂਗੇ ਔਰ ਗੱਲ ਕਰਾਂਗੇ। ਸੋ ਇਹ ਖੁਦ ਕਹਿ ਰਹੇ ਨੇ ਕਿ ਮੈਂ ਇਸ ਕੰਟਰੀ ਦੇ ਵਿੱਚ ਲੀਗਲ ਨਹੀਂ ਹਾਂ, ਮੈਂ ਬਾਰਡਰ ਕ੍ਰੋਸ ਕਰਕੇ ਆਇਆ। ਕਹਿੰਦੇ ਕਿ ਜੋ ਹਾਲਾਤ ਬਣੇ ਉੱਥੇ, ਕੁਛ ਕੰਮ ਸੀਗਾ, ਜ਼ਮੀਨ ਸੀਗੀ, ਥੋੜ੍ਹਾ ਬਿਜ਼ਨਸ ਵੀ ਸੀਗਾ, ਪਰ ਕੁਛ ਹਾਲਾਤਾਂ ਕਰਕੇ ਕਾਫੀ ਡਾਊਨਫਾਲ ਗਿਆ ਫਾਈਨੈਂਸ਼ੀਅਲ। ਸੋ ਐਸੀ ਨੌਬਤ ਆ ਗਈ ਕਿ ਜਿਵੇਂ ਬੜੇ ਠੀਕ ਠਾਕ ਚੱਲ ਰਹੇ ਸੀ, ਮਿਡਲ ਕਲਾਸ ਫੈਮਿਲੀ ਸੀ, ਪਰ ਕੁਛ ਐਸੀ ਨੌਬਤ ਆ ਗਈ ਕਿ ਬਿਲਕੁਲ ਖਾਣ ਨੂੰ ਨਹੀਂ ਹੋ ਰਿਹਾ ਸੀ। ਸੋ ਡਿਸਾਈਡ ਇਹੀ ਕੀਤਾ ਕਿ ਭਰਾਵਾਂ ਨਾਲ ਲੜਾਈ, ਜਾਇਦਾਦ ਦਾ ਪੰਗਾ, ਉਹ ਸਾਰੇ ਤੋਂ ਬਾਅਦ ਕਿ ਮੈਂ ਇਸ ਜਗ੍ਹਾ ਤੋਂ ਨਾ ਨਿਕਲ ਹੀ ਜਾਵਾਂ, ਅਤੇ ਕੁਛ ਤਾਂ ਕਰਨਾ ਪਏਗਾ, ਇੱਥੇ ਮੈਨੂੰ ਕੁਛ ਨਹੀਂ ਦਿਖ ਰਿਹਾ ਸੀ ਕਿ ਕੁਛ ਬਣੇਗਾ। ਸੋ ਹੀ ਵੈਂਟ ਆਊਟ ਆਫ ਇੰਡੀਆ, ਕਿਸੇ ਹੋਰ ਕੰਟਰੀ ਦੇ ਵਿੱਚ ਰੁਕੇ, ਸਾਲ ਦੋ ਸਾਲ ਉੱਥੇ ਲਗਾਏ, ਯੂ ਨੋ, ਸਟਰਗਲ ਕਰ ਰਹੇ ਸੀਗੇ, ਮਤਲਬ ਕੋਈ ਬਹੁਤ ਜ਼ਿਆਦਾ ਪੈਸੇ ਨਹੀਂ ਕਮਾਏ, ਆਪ ਵੀ ਬਹੁਤ ਸਾਰੇ ਬੰਦਿਆਂ ਦੇ ਨਾਲ ਰਹੇ, ਔਰ ਪਰ ਫਿਰ ਵੀ ਇਹ ਹੋਇਆ ਕਿ ਪਿੱਛੇ ਜੋ ਸੀ ਉਹ ਬਚ ਗਿਆ, ਜੋ ਛੋਟਾ ਜਿਹਾ ਕੁਛ ਬਣਿਆ ਹੋਇਆ ਸੀ ਇਹਨਾਂ ਦਾ ਆਪਣਾ ਘਰ, ਆਪਣਾ ਜਿਹਨੂੰ ਆਪ ਆਪਣਾ ਕਹਿ ਸਕਦੇ ਸੀ, ਉਹ ਬਚ ਗਿਆ। ਸੋ ਪਿੱਛੇ ਕੌਣ ਹੈ, ਵਾਈਫ ਅਤੇ ਦੋ ਮੁੰਡੇ, ਜਦੋਂ ਘਰੋਂ ਨਿਕਲੇ ਸੀ ਤਾਂ 13 ਅਤੇ 15 ਸਾਲਾਂ ਦੇ ਸੀ ਬੱਚੇ, ਐਂਡ ਵਾਈਫ ਪੜ੍ਹੀ ਲਿਖੀ ਹੈ। ਸੋ ਇਕੱਠੇ ਹੋ ਕੇ ਹੀ ਡਿਸਾਈਡ ਕੀਤਾ ਸੀ ਕਿ ਇਹੀ ਤਰੀਕਾ ਠੀਕ ਹੈ, ਵੀ ਇੱਥੇ ਕੁਛ ਹੋਰ ਨਹੀਂ ਹੋ ਰਿਹਾ। ਇਸ ਕਿ ਮੈਂ 2 ਸਾਲਾਂ ਬਾਅਦ ਇੱਥੇ ਪਹੁੰਚ ਗਿਆ, ਹਾਲੇ ਵੀ ਉਂਝ ਹੀ ਕਰ ਰਿਹਾ ਬੰਦਿਆਂ ਦੇ ਨਾਲ, ਬੇਸਮੈਂਟਸ ਦੇ ਵਿੱਚ ਰਹਿੰਦਾ, ਔਰ ਕੋਈ ਨਾ ਕੋਈ ਪੰਗਾ ਪੈਂਦਾ ਹੀ ਰਹਿੰਦਾ ਕਿਸੇ ਨਾ ਕਿਸੇ ਚੀਜ਼ ਕਰਕੇ। ਸੋ ਸ਼ਿਫਟ ਕਰਨਾ ਪੈਂਦਾ ਕਾਫੀ, ਕੋਈ ਟਿਕਾਣਾ ਇੰਨਾ ਕੋਈ ਵਧੀਆ ਵਾਲਾ ਟਿਕਾਣਾ ਨਹੀਂ ਮਿਲਿਆ, ਪਰ ਅਸੀਂ ਵੀ ਕਹਿੰਦੇ ਹਾਂ ਕਿ ਘਰ ਜਾ ਕੇ ਸੋਹਣਾ ਹੀ ਹੁੰਦਾ, ਅਸੀਂ ਬੜੀ ਮਿਹਨਤ ਕਰ ਰਹੇ ਹਾਂ। ਕੰਮ ਵੀ ਬੜੀ ਤਰ੍ਹਾਂ ਦਾ ਕੀਤਾ ਇਹਨਾਂ ਨੇ ਬਾਹਰ ਆ ਕੇ, ਪਰ ਕਹਿ ਰਹੇ ਕਿ ਨਾਲ ਦੀ ਨਾਲ ਜਿੰਨਾ ਕੁ ਮੇਰਾ ਖਰਚਾ ਸੀਗਾ ਉਸ ਤੋਂ ਵੱਧ ਮੈਂ ਪਿੱਛੇ ਭੇਜਿਆ, ਅਤੇ ਪਿੱਛੇ ਸੈਟਲਡ ਹੋ ਗਿਆ, ਪਿੱਛੇ ਮਤਲਬ ਫਾਈਨੈਂਸ਼ਲੀ ਦੇ ਆ ਓਕੇ। ਪੁੱਤਰ ਦੋਨੋਂ ਵੱਡੇ ਹੋ ਗਏ ਨੇ, ਜਿਹੜਾ ਛੋਟਾ ਹੈ ਕਹਿੰਦੇ ਨੇ ਪੜ੍ਹਾਈ 'ਚ ਬੜਾ ਅੱਛਾ ਹੈ, ਹਾਲੇ ਸਕੂਲ ਜਾ ਰਿਹਾ, ਔਰ ਵੱਡਾ ਜਿਹੜਾ ਉਹ ਪੜ੍ਹਨਾ ਨਹੀਂ ਚਾਹੁੰਦਾ, ਉਹ ਇੱਥੇ ਆਉਣਾ ਚਾਹੁੰਦਾ। ਸੋ ਉਹਦੀ ਵੀ, ਯੂ ਨੋ, ਚੱਲ ਰਹੀ ਹੈ। ਪਰ ਹੁਣ ਜਿਹੜੇ ਪਿੱਛੇ ਇਹ ਬਹੁਤ ਉਦਾਸ ਨੇ, ਸਾਰਿਆਂ ਨਾਲ ਗੱਲ ਕਰ ਰਹੇ ਨੇ, ਕਿ ਕਿਸੇ ਨੇ ਇਹਨਾਂ ਨੂੰ ਕਿਹਾ ਕਿ ਇਹਨਾਂ ਦੀ ਵਾਈਫ ਜਿਹੜੀ ਹੈ ਇੱਕ ਇਹਨਾਂ ਦੇ ਹੀ ਕਜ਼ਨ ਦੇ ਨਾਲ ਬਹੁਤ ਕੁਮਰੀ ਹੈ, ਉਹਦਾ ਉਹਦੇ ਨਾਲ ਕੋਈ ਚੱਕਰ ਹੈ। ਸੋ ਹੀ ਸੇਜ਼ ਕਿ ਮੈਂ ਬਹੁਤ ਪਰੇਸ਼ਾਨ ਹੋ ਗਿਆ, ਮੈਨੂੰ ਕਈ, ਮੈਂ, ਯੂ ਨੋ, ਸਿੱਧੇ ਕੁ ਸਵਾਲ ਨਾ ਕਰਕੇ ਇੱਧਰੋਂ ਉੱਧਰੋਂ ਗੱਲਾਂ ਬੱਚਿਆਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ, ਬਟ ਕੋਈ ਐਸੀ ਗੱਲ ਨਹੀਂ ਲੱਗ ਰਹੀ ਸੀ ਬੱਚਿਆਂ ਦੀ ਗੱਲਾਂ ਤੋਂ। ਸੋ ਮੈਨੂੰ ਲੱਗਿਆ ਕਿ ਕੋਈ ਜ਼ਰੂਰੀ ਵੀ ਨਹੀਂ ਕਿ ਠੀਕ ਹੋਏ, ਕਿਉਂਕਿ ਬੱਚੇ ਵੱਡੇ ਨੇ, ਉਹਨਾਂ ਨੂੰ ਵੀ ਇੰਨਾ ਤਾਂ ਇਲਮ ਹੋ ਜਾਂਦਾ ਅਗਰ ਇਸ ਤਰ੍ਹਾਂ ਦਾ ਕੁਛ ਹੁੰਦਾ। ਸੋ ਇਹਨਾਂ ਨੇ ਕੀ ਕੀਤਾ ਕਿ ਇੱਕ ਸਪਾਏ ਗੂਗਲ ਤੋਂ ਜਾ ਕੇ ਕਿਸੇ ਬੰਦੇ ਨੂੰ ਲੱਭਿਆ, ਜਿਹਨੂੰ ਕਿ ਇਹਨਾਂ ਨੇ ਪੈਸੇ ਭੇਜੇ, ਔਰ ਕਿ
ਪਤਾ ਕਰਨ ਹੈ ਨਾ ਦੀ ਵਾਈਫ ਦੇ ਬਾਰੇ। ਕਹਿੰਦੇ ਉਹਨੇ ਪਹਿਲਾਂ ਹੀ ਕਿਹਾ ਸੀ 3 ਮਹੀਨੇ ਲੱਗਣਗੇ, ਔਰ ਮੈਂ ਉਹ 3 ਮਹੀਨੇ ਕਿਸ ਤਰ੍ਹਾਂ ਕੱਢਿਆ ਹੈ ਤੁਸੀਂ ਸੋਚ ਨਹੀਂ ਸਕਦੇ। ਕਿ ਮੈਨੂੰ ਲੱਗਿਆ ਕਿ ਮੇਰੇ ਕੋਲ ਕੁਛ ਵੀ ਨਹੀਂ ਹੈ, ਮੈਂ ਇੱਥੇ ਨਾ ਆਪਣੇ ਆਪ ਨੂੰ ਨਿਚੋੜ ਨਿਚੋੜ ਕੇ ਕੰਮ ਵੀ ਕਰ ਰਿਹਾ, ਔਰ ਕੋਈ ਆਪਣੇ 'ਤੇ ਖਰਚਾ ਵੀ ਨਹੀਂ ਕਰ ਰਿਹਾ, ਪਿੱਛੇ ਭੇਜ ਰਿਹਾ ਬੱਚੇ, ਕਿਉਂਕਿ 5-6 ਸਾਲ ਹੋ ਗਏ ਮੇਰੇ ਨਾਲ ਨਹੀਂ, ਮਾਂ ਨਾਲ ਹੈ, ਉਹ ਤਾਂ ਵੈਸੇ ਹੀ ਮਾਂ ਦੇ ਹੋਣਗੇ, ਪੈਸਾ ਵੀ ਮੈਂ ਉੱਧਰ ਭੇਜ ਰਿਹਾ, ਜਨਾਨੀ ਵੀ ਚਲੀ ਗਈ, ਮਤਲਬ ਮੈਂ ਖੱਟਿਆ ਕੀ। ਸੋ ਹੀ ਵਾਜ਼ ਵੈਰੀ ਡਿਪਰੈਸਡ ਕਿ ਮੈਂ ਆਈ ਹੈਵ ਨਥਿੰਗ ਐਟ ਦਿਸ ਪੁਆਇੰਟ। ਕਹਿ ਰਿਹਾ ਹੁਣ ਲੇਟੈਸਟ ਇਹ ਹੈ ਕਿ ਉਸ ਬੰਦੇ ਨੇ ਰਿਪੋਰਟ ਦਿੱਤੀ ਹੈ, ਔਰ ਉਹਦੇ ਹਿਸਾਬ ਨਾਲ ਕਿ ਉਹ ਮਦਦ ਮੰਗਦੀ ਹੈ ਉਸ ਬੰਦੇ ਤੋਂ, ਜਾਂਦੀ ਆਉਂਦੀ ਹੈ ਉਹਦੇ ਨਾਲ, ਕਿਤੇ ਚਲੀ ਜਾਏਗੀ, ਕਿਤੇ ਉਹ ਆ ਜਾਏਗੀ, ਪਰ ਐਸਾ ਕੋਈ ਇੰਟੀਮੇਟ ਰਿਲੇਸ਼ਨਸ਼ਿਪ ਹੈ ਉਹਨਾਂ ਦੋਨਾਂ ਦਾ? ਉਹਦਾ ਕਹਿਣਾ ਕਿ ਉਹਨੂੰ ਨਹੀਂ ਐਸਾ ਕੁਛ ਨਹੀਂ ਲੱਗਿਆ। ਸੋ ਇਹਨਾਂ ਨੂੰ ਇੱਕ ਤਰਫੋਂ ਤਾਂ ਰਿਲੀਫ ਮਿਲਿਆ ਕਿ ਐਸਾ ਕੁਛ ਨਹੀਂ ਹੈ, ਕਿ ਠੀਕ ਹੈ ਮਦਦ ਮੰਗ ਰਹੀ ਹੈ ਕਿਉਂਕਿ ਮੈਂ ਨਹੀਂ ਹਾਂ, ਅਤੇ ਯੂ ਨੋ ਕਿ ਕੋਈ ਤਾਂ ਬੰਦਾ ਚਾਹੀਦਾ ਹੈ, ਔਰ ਮੇਰੇ ਨਾਲ ਜ਼ਿਆਦਾ ਜ਼ਿਕਰ ਤਾਂ ਨਹੀਂ ਕਰ ਰਹੀ ਹੋਣੀ ਕਿਉਂਕਿ ਉਹਨੂੰ ਵੀ ਪਤਾ ਹੈ ਕਿ ਮੈਨੂੰ ਅੱਛਾ ਨਹੀਂ ਲੱਗੇਗਾ ਕਿ ਹਰ ਜਗ੍ਹਾ 'ਤੇ ਉਹ ਜਾ ਰਿਹਾ, ਬੱਚੇ ਹਾਂ ਨਾਲ ਨਹੀਂ ਤੁਰਦੇ। ਸੋ ਯੂ ਨੋ ਹੀ ਆਪਣੇ ਮਨ ਨੂੰ ਇਹੀ ਕਹਿ ਰਹੇ ਨੇ ਕਿ ਐਸਾ ਲੱਗਦਾ ਕਿ ਕੁਛ ਨਹੀਂ ਹੈ, ਕਿ ਆਪਸ ਵਿੱਚ ਕੁਛ ਨਹੀਂ ਹੈ, ਸਿਰਫ ਇੱਕ ਮਦਦ ਕਰਕੇ ਉਹ ਇਕੱਠੇ ਹੋ ਰਹੇ ਨੇ। ਬਟ ਦੂਸਰੇ ਪਾਸੇ ਇਹਨਾਂ ਦਾ ਹੁਣ ਧਿਆਨ ਬਿਲਕੁਲ ਇਸ ਚੀਜ਼ 'ਤੇ ਚਲਾ ਗਿਆ ਕਿ ਮੰਨ ਲਓ ਉਹ ਚੀਜ਼ ਸੱਚੀ ਹੋ ਗਈ ਜਾਂ ਹੋ ਜਾਂਦੀ। ਕਹਿੰਦੇ ਉਸ ਪੀਰੀਅਡ ਦੇ ਵਿੱਚ ਜਦੋਂ ਇਹ ਚੀਜ਼ ਦੀ ਇਹ ਕੋਸ਼ਿਸ਼ ਕਰ ਰਹੇ ਸੀ ਇਨਵੈਸਟੀਗੇਟ ਕਰਨ ਦੀ, ਅਤੇ ਜਦੋਂ ਇਹ ਧਿਆਨ ਆਇਆ ਕਿ ਬਸ ਮਤਲਬ ਵਾਈਫ ਚਲੀ ਗਈ, ਬੱਚੇ ਮੇਰੇ ਨਹੀਂ ਹੈ, ਪੈਸਾ ਵੀ ਕੁਛ ਖਾਸ ਨਹੀਂ ਕਮਾਇਆ, ਲੀਗਲ ਇੱਥੇ ਹਾਲੇ ਨਹੀਂ ਹੋਇਆ, ਉਹ ਕੇਸਿਸ ਚੱਲਦਾ ਪਿਆ, ਕਿ ਮੈਂ ਕੁਛ ਨਹੀਂ ਖੱਟਿਆ, ਮੈਂ ਜ਼ਿੰਦਗੀ 'ਚ ਕੀਤਾ ਕੀ ਹੈ। ਸੋ ਕਹਿੰਦੇ ਇੰਨੀ ਜ਼ਿਆਦਾ ਗਲਤ ਜੀ ਫੀਲਿੰਗ ਸੀਗੀ ਕਿ ਮੈਂ ਸੋਚ ਨਹੀਂ ਸਕਦਾ ਕਿ ਮੈਂ ਦੁਬਾਰਾ, ਮਤਲਬ ਉਹ ਬਾਰ ਬਾਰ ਆਉਂਦੀ ਹੈ ਕਿ ਇਹਦਾ ਮਤਲਬ ਹੈ ਤਾਂ ਕੁਛ ਵੀ ਨਹੀਂ ਆਪਣੇ ਹੱਥ ਵਿੱਚ। ਸੋ ਨਾਲ ਪੁੱਛ ਰਹੇ ਨੇ ਕਿ ਹੁਣ ਮੈਂ ਇਹ ਸਾਰਾ ਕੁਛ ਛੱਡ ਛਡਾ ਕੇ ਚਲਿਆ ਜਾਵਾਂ, ਔਰ ਇਹ ਵੀ ਸੋਚਦਾ ਕਿ ਚਲਾ ਜਾਵਾਂਗਾ ਅਤੇ ਉਹ ਬੱਚੇ ਅਤੇ ਉਹ ਵਾਈਫ ਪੈਸਿਆਂ ਨਾਲ ਉਹ ਖੜ੍ਹੇ ਨੇ, ਮਤਲਬ ਮੈਂ ਉੱਥੇ ਜਾ ਕੇ ਉਨਾ ਪੈਸਾ ਕਮਾ ਨਹੀਂ ਸਕਦਾ, ਇੰਨਾ ਮੈਂ ਕਮਾ ਨਹੀਂ ਲਿਆ ਕਿ ਮੈਂ ਹੋਰ 20-25 ਸਾਲ ਕੁਛ ਕਰਨ ਦੀ ਲੋੜ ਨਾ ਪਏ, ਇੰਨਾ ਹੋਇਆ ਨਹੀਂ ਹੈ। ਸੋ ਜਾਵਾਂਗਾ ਅਤੇ ਪੈਸੇ ਨਾਲ ਫਿਰ ਕਦਰ ਸੀਗੀ ਉਹ ਵੀ ਨਹੀਂ ਰਹੇਗੀ, ਇੱਥੇ ਐਂਜੀ ਮੈਨੂੰ ਕੋਈ ਡੇਟ ਲਾਈਨ ਨਹੀਂ ਪਤਾ ਕਦ ਤੱਕ ਐਂਜੀ ਚੱਲ ਸਕੇਗਾ, ਇੱਥੇ ਹੀ ਚੱਲਦਾ ਰਹਾਂਗਾ ਅਤੇ ਦੂਸਰੇ ਜਿਹੜੇ ਯੂ ਨੋ ਹੁਣ ਨਹੀਂ ਹੋਇਆ ਕੱਲ੍ਹ ਨੂੰ ਹੋ ਜਾਏਗਾ, ਬੱਚੇ ਵੈਸੇ ਦੂਰ ਹੁੰਦੇ ਜਾ ਰਹੇ ਹੈ ਕਿਉਂਕਿ ਫਿਜ਼ੀਕਲੀ ਮੈਂ ਕੋਲ ਨਹੀਂ ਹੈਗਾ, ਅਤੇ ਮੈਂ ਕਰਾਂ ਕੀ, ਮਤਲਬ ਜਾਂਦਾ ਤਾਂ ਨਹੀਂ ਠੀਕ ਲੱਗ ਰਿਹਾ, ਰਹਿੰਦਾ ਤਾਂ ਨਹੀਂ ਠੀਕ ਲੱਗਦਾ, ਔਰ ਮੈਂ ਕੋਈ ਜ਼ਿੰਦਗੀ ਜਿਹੜੀ ਹੈ ਉਹ ਬਿਲਕੁਲ ਯੂ ਨੋ ਉਹਨਾਂ ਦੇ ਮੂੰਹੋਂ ਇਹ ਸਿੱਕੇ ਮੈਂ ਕੁੱਤੇ ਵਾਲੀ ਜ਼ਿੰਦਗੀ ਤਾਂ ਬਿਤਾ ਰਿਹਾ, ਕੋਈ ਹੈ ਤਾਂ ਹੈ ਨਹੀਂ ਮੇਰਾ ਇੱਥੇ ਵੀ। ਇੱਕ ਵਾਰੀ ਪਿੱਛੇ ਕਹਿੰਦੇ ਨੇ ਬਾਂਹ ਟੁੱਟ ਗਈ ਸੀ, ਸੋ ਮੈਂ ਉਹਨਾਂ ਨੂੰ ਵੀ ਦੋਸ਼ ਨਹੀਂ ਦਿੰਦਾ ਜਿਹੜੇ ਨਾਲ ਰਹਿੰਦੇ ਸੀ, ਕਿਉਂਕਿ ਕੋਈ ਐਸੀ ਹਾਲਾਤ ਬਣੇ ਕਿ ਸਾਨੂੰ ਜਗ੍ਹਾ ਬਦਲਣੀ ਪਈ, ਸੋ ਸਾਰੇ ਅਸੀਂ ਡਿਫਰੈਂਟ ਡਿਫਰੈਂਟ ਜਗ੍ਹਾ 'ਤੇ ਆਪਣਾ ਫਿਰ ਦੂਸਰੇ ਦੋਸਤਾਂ ਨਾਲ ਸੈੱਟ ਹੋਏ ਕਿ ਕਿੱਥੇ ਰਹਿਣਾ, ਪਰ ਕੋਈ ਖਾਸ ਮੇਰੇ ਮਦਦ ਵਾਸਤੇ ਨਹੀਂ ਆਇਆ ਉਸ ਵੇਲੇ, ਮੇਰੀ ਸੱਜੀ ਬਾਂਹ ਸੀ, ਮੈਨੂੰ ਬਹੁਤ ਔਖਾ ਸੀਗਾ, ਪਰ ਚਲੋ ਟਾਈਮ ਨਿਕਲ ਗਿਆ ਉਹ ਵਾਲਾ, ਹੁਣ ਠੀਕ ਹੈ, ਸਾਰਾ ਕੰਮ ਵਾਪਸ ਹੈ, ਪਰ ਓਵਰਆਲ ਮੈਂ ਲੀਗਲੀ ਵੀ ਸਾਰਾ ਕੁਛ ਆਰਡਰ ਵਿੱਚ ਲਿਆਉਣ ਦੀ ਪੂਰਾ ਪ੍ਰੋਸੈਸ ਸ਼ੁਰੂ ਹੋ ਚੁੱਕਾ ਹੈ, ਚੱਲ ਰਿਹਾ, ਪਰ ਬੜੀ ਮਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਮੈਂ ਕਰ ਕੀ ਰਿਹਾ, ਮੈਂ ਇੱਥੇ ਬੈਠਾ, ਹੁਣ ਮੈਂ ਮਤਲਬ ਫਸ ਗਿਆ, ਜੇ ਜਾਂਦਾ ਵਾਪਸ ਤਾਂ ਉਹ ਵਾਲੀ ਮਨੀ ਜਿਹੜੀ ਮੈਂ ਭੇਜਦਾ ਪਿਆ ਉਹ ਮੇਰੇ ਹੱਥ ਵਿੱਚ ਨਹੀਂ ਹੈ ਕਿ ਮੈਂ ਕਿਸ ਤਰ੍ਹਾਂ ਭੇਜਾਂਗਾ। ਸੋ ਇਹ ਤਾਂ ਨਹੀਂ ਹੋਏਗਾ ਕਿ ਫਿਰ ਬਿਲਕੁਲ ਹੀ ਮੈਨੂੰ ਦਿਖ ਜਾਏਗਾ ਕਿ ਇਹਨਾਂ ਨੂੰ ਸਿਰਫ ਪੈਸਾ ਚਾਹੀਦਾ ਸੀ, ਮੈਂ ਨਹੀਂ ਚਾਹੀਦਾ, ਸੋ ਉਹ ਹੋਰ ਮੈਨੂੰ ਉਸ ਚੀਜ਼ ਦਾ ਡਰ ਲੱਗ ਰਿਹਾ। ਸੋ ਇਨ ਅ ਵੇ ਕਾਫੀ ਔਡ ਜੀ ਪੋਜੀਸ਼ਨ 'ਚ ਨੇ, ਐਂਡ ਆਈ ਐਮ ਨੋਟ ਸ਼ੋਰ ਜਿਨ 'ਚ ਗੱਲਾਂ ਮੇਰੇ ਤੱਕ ਪਹੁੰਚਦੀਆਂ ਨੇ ਕਿ ਇਕੱਲੇ ਨੇ, ਆਈ ਹੋਪ ਐਂਡ ਵਿਸ਼ ਕਿ ਇਕੱਲੇ ਇਸ ਸਿਚੁਏਸ਼ਨ 'ਚ ਹੋਣ, ਪਰ ਲੱਗਦਾ ਨਹੀਂ ਕਿਉਂਕਿ ਬੜੀ ਬੰਦੇ ਇਸ ਤਰ੍ਹਾਂ ਦੀ ਹਾਲਾਤ ਜਾਂ ਇਸ ਦੇ ਨੇੜੇ ਤੇੜੇ ਦੀ ਹਾਲਾਤਾਂ ਦੇ ਵਿੱਚ ਹੁੰਦੇ ਹੈ ਜਿਹੜੇ ਕਿ ਇੱਥੇ ਆਉਂਦੇ ਆ, ਔਰ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਪਿਛਲਾ ਜਿਹੜਾ ਘਰ ਹੈ ਜਿੱਥੇ ਯੂ ਨੋ ਬੱਚੇ ਵਾਈਫ ਛੋੜ ਕੇ ਆਇਆ ਉਹ ਪਤਾ ਨਹੀਂ ਆਪਣੇ ਰਹਿਣਗੇ ਕਿ ਨਹੀਂ ਰਹਿਣਗੇ। ਔਰ ਕਈ ਐਗਜ਼ਾਮਪਲਸ ਹੈ ਜਿਹੜੇ ਕਿ ਬਹੁਤ ਡੈਡੀਕੇਟਿਡ ਫੈਮਲੀਜ਼ ਪਿੱਛੇ ਵੀ ਇੱਥੇ ਵੀ, ਉਹਨਾਂ ਦਾ ਕੀ ਡਿਫਰੈਂਸ ਹੈ ਤੁਸੀਂ ਸ਼ਾਇਦ ਐਕਸਪੀਰੀਅੰਸ ਦੇ ਥਰੂ ਜਾਂ ਯੂ ਨੋ ਸੁਣਨ ਸੁਣਾਏ ਜ਼ਰੂਰ ਇਹਨਾਂ ਨਾਲ ਸ਼ੇਅਰ ਕਰੋ ਕਿ ਕਈ ਜਿਹੜੇ ਸੁਣੀਦਾ ਵੀ ਇੰਨੇ ਇੰਨੇ ਸਾਲ ਇੱਥੇ ਇਕੱਲੇ ਰਹਿ ਕੇ ਉਹਨਾਂ ਨੇ ਕਮਾਇਆ, ਮਿਹਨਤਾਂ ਕੀਤੀਆਂ, ਫਿਰ ਬੱਚੇ ਆਉਂਦੇ ਵੀ ਹੈ, ਵਾਈਫ ਆਉਂਦੀ ਹੈ, ਅਤੇ ਮਤਲਬ ਉਹ ਬਹੁਤ ਜੀ ਲਾ ਕੇ ਉਹਨਾਂ ਦੀ ਸੇਵਾ ਵੀ ਹੁੰਦੀ ਹੈ ਕਿ ਬਈ ਤੁਸੀਂ ਇੰਨਾ ਸਾਡੇ ਵਾਸਤੇ ਕੀਤਾ, ਅਤੇ ਆਪਣਾ ਵਾਪਸ ਬੌਂਡ ਜਿਹੜਾ ਚੰਗਾ ਵੀ ਹੋ ਜਾਂਦਾ। ਸੋ ਡਿਫਰੈਂਸ ਕੀ ਹੈ ਕਿ ਇੰਨੇ ਕਿਉਂ ਇਸ ਤਰ੍ਹਾਂ
ਹੋ ਜਾਂਦਾ ਹੈ। ਸੋ ਵਟਐਵਰ ਜੋ ਵੀ ਤੁਸੀਂ ਐਕਸਪੀਰੀਅੰਸਿਸ ਹੈਗੇ ਆ ਜਾਂ ਕੁਝ ਕਹਿਣਾ ਚਾਹੋ ਜ਼ਰੂਰ ਕਾਲ ਕਰੋ, ਕਿਉਂਕਿ ਇਸ ਵੇਲੇ ਜੋ ਮੈਨੂੰ ਲੱਗਦਾ ਕਿ ਇਹ ਟੈਂਦੀਆਂ ਕੱਲਾਂ 'ਚ ਹੈ, ਡਿਪਰੈਸਡ ਨੇ। ਸੋ ਉਹਦਾ ਵੀ ਇਹ ਇਸ ਤਰ੍ਹਾਂ ਇਕੱਲੇ ਹੋ ਜਾਣਾ, ਲੋਨਲੀ ਫੀਲ ਕਰਨਾ ਫੈਮਲੀ ਵਾਸਤੇ, ਐਂਡ ਫਿਰ ਇਸ ਤਰ੍ਹਾਂ ਦੇ ਵਿੱਚੋਂ ਯੂ ਨੋ ਹੀ ਹੈਜ਼ ਗੋਨ ਥਰੂ ਦਿਸ ਹਾਰਡ ਟਾਈਮ, ਜਦੋਂ ਲੱਗੇ ਕਿ ਵਾਈਫ ਵੀ ਗਈ ਮੇਰੀ ਰਹੀ ਨਹੀਂ, ਐਂਡ ਜੇ ਵਾਈਫ ਨਹੀਂ ਰਹੀ ਤਾਂ ਬੱਚੇ ਕਿੱਥੇ ਹੋਣਗੇ ਜਿਨ੍ਹਾਂ ਨੂੰ ਮੈਂ ਯੂ ਨੋ ਫੀਡ ਕਰ ਰਿਹਾ। ਬੱਚਿਆਂ 'ਤੇ ਗੁੱਸਾ ਵੀ ਆਉਂਦਾ ਕਿ ਛੋਟਾ ਚੱਲ ਫਿਰ ਪੜ ਰਿਹਾ, ਮੈਂ ਪੈਸੇ ਦੇ ਭੇਜ ਰਿਹਾ, ਅਤੇ ਵੱਡਾ ਸਿਰਫ ਇੱਕ ਵੇਟ ਕਰਨੀ ਸ਼ੁਰੂ ਕਰਤੀ ਉਹਨੇ ਕਿ ਮੇਰਾ ਇੱਥੋਂ ਨਿਕਲਣਾ ਹੈ, ਮੈਂ ਮੇਰਾ ਵੀ ਇੰਤਜ਼ਾਮ ਕਰੋ। ਸੋ ਉਹ ਵੀ ਸੋਚਦੇ ਨੇ ਕਿ ਕਿੰਨਾ ਚੰਗਾ ਹੋਏਗਾ ਜੇ ਮੈਂ ਉਹਨੂੰ ਕੱਢ ਲੈਂਦਾ ਪੈਸੇ ਖਰਚ ਕੇ, ਉਹ ਇਸ ਤਰ੍ਹਾਂ ਮੇਰੇ ਵਰਗੀ ਜ਼ਿੰਦਗੀ ਬਿਤਾਏਗਾ, ਜਾਂ ਫਿਰ ਉੱਥੇ ਵੀ ਯੂ ਨੋ ਕੋਈ ਹੋਰ ਰਹੇਗਾ ਨਹੀਂ, ਮਤਲਬ ਉਹਦੇ 'ਚ ਵੀ ਇੱਕ ਸਸ਼ੋਪਨ, ਬੜੇ ਸਾਰੇ ਕੌਨਫਲਿਕਟਸ ਜਿਹੜੇ ਆ ਮੈਨੂੰ ਲੱਗਦਾ ਇਹਨਾਂ ਨੂੰ ਬਹੁਤ ਤੰਗ ਕਰ ਰਹੇ ਨੇ। ਸੋ ਪਲੀਜ਼ ਜ਼ਰੂਰ ਕਾਲ ਕਰਕੇ ਇਹਨਾਂ ਦਾ ਯੂ ਨੋ ਥੋੜ੍ਹਾ ਜਿਹਾ ਸਟੇਟ ਆਫ ਮਾਇੰਡ ਸ਼ੇਅਰ ਕਰੋ, ਔਰ ਲੈਟਸ ਸੀ ਸਾਰੇ ਕੀ ਕਹਿੰਦੇ ਨੇ। ਜ਼ਰੂਰ ਮੈਂ ਵੇਟ ਕਰ ਰਹੀ ਹਾਂ ਕਿ ਸਾਰੇ ਕਾਲ ਕਰੋ, ਇੰਝ ਕਰਦੀ ਹਾਂ, ਸੋਚ ਕੇ ਰੱਖ ਲਓ ਕੀ ਕਹਿਣਾ ਹੈ। ਲੈਂਦੀ ਹੈ ਇੱਕ ਛੋਟੀ ਜਿਹੀ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਉਸ ਵੀਰ ਨਾਲ ਜਿਹੜੇ ਆਪਣੀ ਸਿਚੁਏਸ਼ਨ ਸ਼ੇਅਰ ਕਰਕੇ ਸਾਰਿਆਂ ਨੂੰ ਸਵਾਲ ਪੁੱਛ ਰਹੇ ਨੇ। ਸੋ ਲੈਟਸ ਸੀ ਸਾਰੇ ਕੀ ਕਹਿੰਦੇ ਨੇ, ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ ਹੈਲੋ ਹੈਲੋ, ਹਾਂਜੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਸੀ ਜੀ, ਦੱਸੋ ਕੀ ਕਹਿੰਦੇ ਹੋ ਇਹਨਾਂ ਨੂੰ। ਹਾਂਜੀ, ਇਸ ਤਰ੍ਹਾਂ ਆ ਗੱਲ, ਮੈਂ ਭਾਜੀ ਨੂੰ ਇਹ ਗੱਲ ਕਹਾਂਗੀ ਕਿ ਜਿਸ ਤਰ੍ਹਾਂ ਤੁਸੀਂ ਆ ਨਾ, ਤੁਸੀਂ ਇਕੱਲੇ ਨਹੀਂ ਹੈਗੇ, ਮੈਨੂੰ ਲੱਗਦਾ ਵੀ ਹਜ਼ਾਰਾਂ ਲੋਕ ਹੋਣੇ ਆ ਤੇ ਇਹਨਾਂ ਨੂੰ ਜਿਸ ਤਰ੍ਹਾਂ, ਕਿਉਂਕਿ ਬੰਦਾ ਕਮਾ ਕਮਾ ਕੇ ਫੈਮਿਲੀ ਦੇ ਪਿੱਛੇ ਇਹਨਾਂ ਨੇ ਏਡੀ ਵੱਡੀ ਕੁਰਬਾਨੀ ਦਿੱਤੀ ਆ। ਜੀ ਜੀ ਜੀ। ਤੇ ਇਹ ਮੈਂ ਇਹਨਾਂ ਨੂੰ ਕਹਾਂਗੀ ਕਿ ਫਸਟ ਥਿੰਗ ਇਜ਼ ਥਿੰਕ ਪੋਜ਼ਿਟਿਵ, ਤੇ ਫੈਮਿਲੀ ਨਾਲ ਗੱਲ ਕਰਨ, ਆਪਣੀ ਵਾਈਫ ਨਾਲ ਗੱਲ ਕਰਨ ਕਿ ਵੀ ਇਸ ਤਰ੍ਹਾਂ ਕਰਕੇ ਸਿਚੁਏਸ਼ਨ ਆ ਮੇਰੀ, ਤੇ ਵੀ ਮੈਂ ਕੀ ਕਰਾਂ, ਵੀ ਮੈਂ ਇੱਥੇ ਹੁਣ ਨਹੀਂ ਰਹਿਣਾ ਚਾਹੁੰਦਾ। ਉਹਨਾਂ ਦੀ ਭਵਿੱਖਬਾਣੀ ਮੂੰਹ ਦੇ ਵਿੱਚ ਉਹਨਾਂ ਦੀ ਕੀ ਨਿਕਲਦਾ ਆ ਕਿ ਬਈ ਤੁਸੀਂ ਆ ਜਾਓ, ਬਈ ਤੁਹਾਡੇ ਬਿਨਾਂ ਸਾਡਾ ਵੀ ਦਿਲ ਨਹੀਂ ਲੱਗਦਾ, ਬਹੁਤ ਚਿਰ ਹੋ ਗਿਆ ਇਕੱਲੇ ਰਹਿੰਦਿਆਂ ਨੂੰ ਹੀ ਆ, ਬਈ ਤੁਸੀਂ ਆ ਜਾਓ ਇੱਥੇ, ਕੋਈ ਗੱਲ ਨਹੀਂ ਹੈ ਨਾ। ਤੇ ਪਹਿਲਾਂ ਤਾਂ ਇਹਨਾਂ ਨੂੰ ਆਪਣੀ ਫੈਮਿਲੀ ਦੇ ਨਾਲ ਗੱਲ ਕਰਨੀ ਚਾਹੀਦੀ ਆ। ਤੇ ਦੂਸਰੀ ਗੱਲ ਇਹ ਆ ਕਿ ਜੇ ਇਹ ਸੋਚਣ ਕਿ ਇੰਨੇ ਸਾਲ ਹੋ ਗਏ ਮੈਂ ਕੱਚਾ ਆ, ਮੈਂ ਪੱਕਾ ਨਹੀਂ ਹੋਇਆ, ਤੇ ਲੋਕ ਕੀ ਕਹਿਣਗੇ। ਹੈਂ, ਕਹਿੰਦੇ ਨਾ ਲੋਕ ਤੋਂ ਕੁਛ ਕਹੇਗੇ, ਲੋਗੋ ਕਾ ਕਾਮ ਹੈ ਕਹਿਣਾ। ਇੱਥੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਬਾਰੇ ਸੋਚਣਾ ਚਾਹੀਦਾ। ਥਿੰਕ ਅਬਾਊਟ ਯੋਰ ਸੈਲਫ ਕਿ ਤੁਸੀਂ ਕੀ ਚਾਹੁੰਦੇ ਹੋ, ਆਸਕ ਯੋਰ ਸੈਲਫ ਵੀ ਤੁਸੀਂ ਕੀ ਚਾਹੁੰਦੇ ਹੋ। ਲੋਕਾਂ ਨੂੰ ਛੱਡੋ, ਲੋਕਾਂ ਨੇ ਤਾਂ ਕਹੀ ਜਾਣਾ। ਕਿਉਂਕਿ ਮੇਰੇ ਹਸਬੈਂਡ ਦੇ ਇੱਕ ਫਰੈਂਡ ਸੀਗੇ, ਤੁਹਾਡੇ ਕੋਲ ਮਿਨਟ ਹੈਗਾ ਤਾਂ, ਉਹਨਾਂ ਦੇ ਜਦੋਂ ਉਹ ਇੰਡੀਆ ਤੋਂ ਆਏ ਸੀਗੇ, ਉਹਨਾਂ ਦੀ ਛੋਟੀ ਕੁੜੀ 2 ਸਾਲ ਦੀ ਸੀਗੀ, ਵੱਡੀ ਕੁੜੀ 4 ਸਾਲ ਦੀ ਸੀਗੀ। ਤੇ ਉਹਨਾਂ ਨੇ ਇੱਥੇ ਤਕਰੀਬਨ 20-25 ਸਾਲ, ਮੈਂ ਕਿਹਾ ਜਦੋਂ 89 'ਚ ਪੇਪਰ ਬਣੇ ਸੀਗੇ, ਤੇ ਉਦੋਂ ਵੀ ਉਹਨਾਂ ਦੇ ਪੇਪਰ ਨਹੀਂ ਸੀ ਬਣੇ, ਉਦੋਂ ਵੀ ਉਹ ਇੱਥੇ ਸੀ। ਸੋ ਕਾਫੀ ਟਾਈਮ, ਮਤਲਬ ਇੰਜ ਰਹੇ ਨੇ ਟਾਈਮ। ਹਾਂਜੀ, ਫਿਰ ਉਹ ਸਾਡੇ ਕੋਲ ਆ ਕੇ ਰਹੇ, ਉਹਨਾਂ ਕੋਲ ਜੋਬ ਵੀ ਨਹੀਂ ਸੀਗੀ। ਤੇ ਫਿਰ ਅਸੀਂ ਉਹਨਾਂ ਨੂੰ ਕਿਹਾ, ਉਹਦੀ ਵਾਈਫ ਕਹਿੰਦੀ ਵੀ ਜਿਸ ਤਰ੍ਹਾਂ ਵੀ ਹੈਗਾ ਨਾ, ਤੁਸੀਂ ਇਹਨਾਂ ਨੂੰ ਇੱਕ ਵਾਰੀ ਵਾਪਸ ਭੇਜ ਦਿਓ। ਅਸੀਂ ਖੁਦ ਕੋਲੋਂ ਟਿਕਟ ਲਗਾਈ, ਉਹਨਾਂ ਕੋਲ ਕੋਈ ਪੈਸਾ ਨਹੀਂ ਸੀਗਾ ਉਸ ਟਾਈਮ ਤੇ, ਤੇ ਖੁਦ ਟਿਕਟ ਲਗਾ ਕੇ ਉਹਨਾਂ ਨੂੰ ਇੰਡੀਆ ਭੇਜਿਆ। ਓਕੇ। ਤੇ ਫਿਰ ਤੁਸੀਂ ਦੇਖੋ ਕਿੰਨਾ ਵਧੀਆ ਹੋਇਆ ਕਿ ਉਹਦੀ, ਉਹਨਾਂ ਦੀ ਵਾਈਫ ਠੀਕ ਆ, ਚੰਗੇ ਆ, ਘਰੋਂ ਆਪਣੇ ਜ਼ਿੰਮੀਦਾਰ ਬੰਦੇ ਆ, ਜੋ ਥੋੜੀ ਬਹੁਤ ਜ਼ਮੀਨ ਸੀ ਠੇਕੇ ਨਾਲ ਗੁਜ਼ਾਰਾ ਕਰਦੇ ਸੀਗੇ, ਮਾੜਾ ਮੋਟਾ ਕੋਈ ਜੋਬ ਕਰ ਲਈ। ਪਰ ਉਹਦੇ ਨਾਲ ਕੀ ਹੈ, ਫੈਮਿਲੀ ਖੁਸ਼ ਹੋਈ, ਕੁੜੀ ਦਾ ਰਿਸ਼ਤਾ ਕੈਨੇਡਾ 'ਚ ਹੋ ਗਿਆ। ਤੇ ਮਾਲਕ ਨੇ ਜੇ ਚਾਹਿਆ, ਇਹਨਾਂ ਨੂੰ ਚਾਹੀਦਾ ਇਹ ਆ ਕਿ ਥੋੜੇ ਮਹੀਨੇ ਕੰਮ ਕਰਕੇ ਥੋੜਾ ਬਹੁਤ ਪੈਸਾ ਆਪਣੇ ਹੱਥ ਵਿੱਚ ਕਰ ਲੈਣ, ਜੇ ਇਹਨਾਂ ਨੂੰ ਇੱਥੇ ਨਹੀਂ ਚੰਗਾ ਲੱਗਦਾ ਇਹ ਵਾਪਸ ਚਲੇ ਜਾਣ, ਤੇ ਵੱਡੇ ਬੇਟੇ ਨੂੰ ਜੇ ਆਉਣਾ ਚਾਹੁੰਦਾ ਆ ਤੇ ਥੋੜਾ ਚਿਰ ਕਰਕੇ ਦੇਖ ਕੇ। ਵੈਸੇ ਤਾਂ ਇੱਥੇ ਬਾਹਰ ਵੀ ਕੋਈ ਹਾਲ ਨਹੀਂ, ਬੱਚਿਆਂ ਨੇ ਐਵੇਂ ਦੌੜੀ ਲਾਈ ਹੋਈ ਆ ਬਾਹਰੋਂ। ਬਹੁਤ ਵਧੀਆ ਜੱਸੀ ਜੀ, ਥੈਂਕ ਯੂ ਸੋ ਮਚ। ਮਤਲਬ ਕਿ ਵਾਪਸ ਇਹ ਚਲੇ ਜਾਣ ਜੇ ਇਹਨਾਂ ਦਾ ਮਨ ਮੰਨਦਾ ਆ, ਤੇ ਜਿੰਨੀ ਲਾਈਫ ਬਚੀ ਆ ਆਪਣੇ ਬੱਚਿਆਂ ਦੇ ਵਿੱਚ ਗੁਜ਼ਾਰਨ। ਇਸੇ ਤਰ੍ਹਾਂ ਮੇਰਾ ਬ੍ਰਦਰ ਇਨ ਲਾ, ਉਹ ਵੀ ਵਾਪਸ ਚਲੇ ਗਏ, ਨਹੀਂ ਕੁਛ ਬਣਿਆ, ਤੇ ਉਹ ਆਪਣਾ ਆਰਾਮ ਨਾਲ ਉੱਥੇ ਆਪਣਾ ਡਰਾਈਵਿੰਗ ਕਰ ਰਹੇ ਆ ਇੰਡੀਆ ਦੇ ਵਿੱਚ, ਤੇ ਆਪਣਾ ਕੋਈ ਆਨੰਦ ਮਾਣੋ ਤੁਸੀਂ, ਜਸਟ ਥਿੰਕ ਅਬਾਊਟ ਯੋਰ ਸੈਲਫ, ਦੈਟਸ ਇਟ, ਯੂ ਨੋ। ਥੈਂਕ ਯੂ ਸੋ ਮਚ ਜੱਸੀ ਜੀ। ਹੋਰ ਪੁੱਛਦੇ ਆ ਕੀ ਕਹਿ ਰਹੇ ਨੇ। ਹੈਲੋ
ਹਾਂਜੀ 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 ਸੁਦਰਸ਼ਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਦੱਸੋ ਕੀ ਕਹਿੰਦੇ ਹੋ ਸੁਦਰਸ਼ਨ ਜੀ? ਮੈਂ ਕਹਾਂਗੀ ਕਿ ਉਹ ਡਿਪਰੈਸ ਨਹੀਂ ਹੋਣ ਭਾਈ ਸਾਹਿਬ, ਕਿਉਂਕਿ ਐਸੀਆਂ ਵਾਕਈ ਬਹੁਤ ਸਾਰੇ ਲੋਕ ਹੁੰਦੇ ਨੇ, ਤੇ ਮੈਂ ਵੀ ਕਹਾਂਗੀ ਕਿ ਆਪਣੀ ਫੈਮਿਲੀ ਨਾਲ ਗੱਲ ਕਰੇ ਕਿ ਮੇਰਾ ਜੀ ਨਹੀਂ ਇੱਥੇ ਲੱਗ ਰਿਹਾ ਔਰ ਮੈਂ ਇਲੀਗਲ ਹਾਂ, ਕਿੰਨੀ ਕੁ ਦੇਰ ਹੋਰ ਇਸ ਤਰ੍ਹਾਂ ਰਹਿ ਲਵਾਂਗਾ। ਸਿਰਫ ਉਹਨਾਂ ਨੂੰ ਟੋਣ ਵਾਸਤੇ ਕਿ ਉਹਨਾਂ ਦਾ ਕੀ ਵਿਚਾਰ ਹੈ, ਪਤਾ ਚੱਲ ਜਾਏਗਾ ਉਹਦੀ ਗੱਲਬਾਤ ਤੋਂ ਕਿ ਉਹ ਪੈਸੇ ਵਾਸਤੇ ਕਹਿੰਦੇ ਕਿ ਨਹੀਂ ਤੁਸੀਂ ਉੱਥੇ ਰਹੋ, ਤੁਸੀਂ ਨਹੀਂ ਆਓ, ਜੇ ਥੋੜ੍ਹਾ ਉਹਨੂੰ ਹਿੰਟ ਮਿਲ ਜਾਏਗਾ। ਦੂਸਰਾ ਇਹ ਕਿ ਇਹ ਆਪਣੇ ਜਿਸ ਤਰ੍ਹਾਂ ਇਹਨਾਂ ਕੋਸ਼ਿਸ਼ ਕਰ ਰਹੇ ਨੇ ਕਿ ਆਪਣਾ ਪੱਕੇ ਹੋ ਜਾਣ, ਤੇ ਉਸ ਚੀਜ਼ ਨੂੰ ਨਾ ਛੋੜਨ, ਹੋ ਸਕਦਾ ਇਹਨਾਂ ਦਾ ਕੰਮ ਹੋ ਜਾਏ, ਉੱਧਰ ਜਾ ਕੇ ਨਾ ਉੱਧਰ ਦੇ ਰਹਿਣਗੇ ਨਾ ਇੱਧਰ ਦੇ ਰਹਿਣਗੇ। ਹਾਂ, ਸੋ ਆਪਣਾ ਇਸ ਕੰਮ ਨੂੰ ਇਹਦੀ ਵੇਟ ਕਰਨ, ਅਗਰ ਉਹ ਵਫ਼ਾਦਾਰ ਹੈ, ਜਦ ਉਹਨਾਂ ਦੇ ਕੋਲ ਵੀਜ਼ਾ ਵੂਜ਼ਾ ਹੋ ਜਾਏਗਾ ਜਾਣ, ਤਾਂ ਪਤਾ ਚੱਲ ਜਾਏਗਾ ਉੱਥੇ ਕੀ ਹਾਲਾਤ ਨੇ ਕੀ ਨਹੀਂ ਹਨ। ਉਹ ਸਟੈਪ ਉਸ ਵਕਤ ਵੀ ਲਿਆ ਜਾ ਸਕਦਾ ਅਗਰ ਉਹ ਵਫ਼ਾਦਾਰ ਨਹੀਂ ਹੈ, ਤੇ ਜਿੱਥੇ ਇੰਨੇ ਸਾਲ ਇਹਨਾਂ ਨੇ ਤੁਸੀਂ ਕੁਰਬਾਨੀ ਕੀਤੀ, ਥੋੜ੍ਹੀ ਦੇਰ ਤੁਸੀਂ ਹੋਰ ਕੁਰਬਾਨੀ ਕਰੋ ਔਰ ਉਹਨਾਂ ਨੂੰ ਤੁਸੀਂ ਟੋਂਦੇ ਰਹੋ, ਥੋੜ੍ਹੀ ਦੇਰ ਖਰਚਾ ਪਾਣੀ ਭੇਜਦੇ ਰਹੋ, ਕੋਈ ਉਹਨਾਂ ਨੂੰ ਇਹ ਨਾ ਲੱਗੇ ਕਿ ਸਾਨੂੰ ਘੱਟ ਹੋ ਗਿਆ ਜਾਂ ਕੁਛ ਹੋ ਗਿਆ। ਇੰਨੀ ਸੈਕਰੀਫਾਈਸ ਜਿੱਥੇ ਕੀਤੀ ਹੋਰ ਵੀ ਕਰਦੇ ਰਹੋ, ਲੇਕਿਨ ਜਾਣ ਦਾ ਅਜੇ ਬਿਲਕੁਲ ਨਹੀਂ ਸੋਚੋ ਕਿ ਤੁਸੀਂ ਕਿਸ ਤਰਫ ਦੇ ਨਹੀਂ ਰਹੋਗੇ। ਠੀਕ ਹੈ ਸੁਦਰਸ਼ਨ ਜੀ, ਲੈਟਸ ਸੀ ਸਾਰੇ ਕੀ ਕਹਿੰਦੇ ਨੇ। ਔਰ ਇੱਕ ਹੋਰ ਜਿਹੜੀ ਯੂ ਨੋ ਰਿਮਾਈਂਡਰ ਆਇਆ ਕਿ ਕਿਸ ਤਰ੍ਹਾਂ ਬਣਿਆ ਉਹਨਾਂ ਦਾ, ਕਹਿੰਦੇ ਇੱਥੇ ਆਉਣ ਨੂੰ ਇੱਕ ਕੋਈ ਮਾਮੇ ਦੀ ਕੁੜੀ ਸੀ, ਉਹ ਇੱਥੇ ਸੈਟਲਡ ਸੀ, ਉਹ ਕਹਿੰਦੀ ਸੀ ਵੀਰ ਇੱਥੇ ਆ ਜਾ, ਇੱਥੇ ਨਾ ਬੜਾ ਓਪਰਚੁਨਿਟੀਜ਼ ਹੈ, ਬਹੁਤ ਕੋਈ ਨਾ ਕੋਈ ਕੰਮ ਲੱਭ ਹੀ ਜਾਂਦਾ, ਤੇਰਾ ਹੋ ਜਾਏਗਾ। ਸੋ ਸ਼ੀ ਹੀ ਕੇਮ ਐਂਡ ਕਾਫੀ ਇੱਕ ਸਪੋਰਟ ਸੀ ਉਹਦੀ ਫੈਮਿਲੀ ਦੀ, ਉਹਦੇ ਹਸਬੈਂਡ ਦੀ, ਮਤਲਬ ਇੱਕ ਤਰ੍ਹਾਂ ਨਾਲ ਮੋਰਲੀ ਸਪੋਰਟ ਸੀਗੀ ਕਿ ਹਾਂ ਕੋਈ ਆਪਣਾ ਹੈਗਾ। ਬਟ ਸਾਲ ਡੇਢ ਬਾਅਦ ਉਹਦਾ ਹਸਬੈਂਡ ਨੇ ਹੀ ਡਿਸਾਈਡ ਕੀਤਾ ਕਿ ਮੈਂ ਇੰਡੀਆ ਵਾਪਸ ਜਾਣਾ, ਅਤੇ ਉਹ ਫੈਮਿਲੀ ਲੈ ਕੇ ਆਪਣੀ ਵਾਪਸ ਇੰਡੀਆ ਚਲੇ ਗਏ ਨੇ। ਕਹਿੰਦੇ ਨੇ ਉਸ ਤੋਂ ਬਾਅਦ ਬਹੁਤ ਹੀ ਇਕੱਲਾ ਹੋ ਗਿਆ, ਔਰ ਇੰਝ ਲੱਗਦਾ ਜਿਵੇਂ ਕਿ ਮਤਲਬ ਉਹ ਮੈਨੂੰ ਇੱਥੇ ਬੁਲਾ ਕੇ ਆਪ ਚਲੀ ਗਈ ਹੈ, ਇਨ ਅ ਵੇ ਕਿ ਉਹ ਅਗਰ ਆਪ ਹੀ ਇੱਥੇ ਖੁਸ਼ ਨਹੀਂ ਸੀ ਤਾਂ ਮੈਨੂੰ ਉਹਨੇ ਇੱਥੇ ਕਿਉਂ ਬੁਲਾਇਆ। ਸੋ ਇਨ ਅ ਵੇ ਯੂ ਨੋ ਆਪਣੀ ਥੋੜ੍ਹੀ ਜਿਹੀ ਗੱਲ ਦੇ ਵਿੱਚ ਇਹ ਵੀ ਲੱਗ ਰਿਹਾ ਸੀ ਕਿ ਉਹ ਕਿਸੇ ਹੋਰ ਨੂੰ ਬਲੇਮ ਕਰ ਰਹੇ ਨੇ, ਕਿ ਮਤਲਬ ਇਸ ਤਰ੍ਹਾਂ ਲੱਗਦਾ ਹੈ ਕਿ ਐਸੇ ਟਾਈਮ ਜਦੋਂ ਜਿਸ ਤਰ੍ਹਾਂ ਸਾਰਿਆਂ ਨੇ ਪਛਾਣਿਆ ਕਿ ਡਿਪਰੈਸ ਨਹੀਂ, ਇਟਸ ਹਾਰਡ ਟੂ ਸੇ ਕਿ ਡੋਨਟ ਬੀ ਡਿਪਰੈਸਡ। ਯੂ ਨੋ ਜਦੋਂ ਇਸ ਸਟੇਟ ਦੇ ਵਿੱਚ ਤੁਸੀਂ ਹੋਵੋ, ਇਟਸ ਵੈਰੀ ਡਿਫੀਕਲਟ ਟੂ ਗੈਟ ਆਊਟ ਆਫ ਇਟ। ਸੋ ਉਹ ਕਿਸੇ ਤਰ੍ਹਾਂ ਪਹਿਲੇ ਆਪਣੀ ਜਿਹੜਾ ਸਟ੍ਰੈਸ ਲੈਵਲ ਹੈ, ਜਿਵੇਂ ਜਸੀ ਜੀ ਨੇ ਵੀ ਕਿਹਾ ਕਿ ਪੋਜ਼ਿਟਿਵ, ਪੋਜ਼ਿਟਿਵ ਕਹਿਣਾ ਕਲੀਸ਼ੇ ਹੋ ਗਿਆ ਪਰ ਬਹੁਤ ਇੰਪੋਰਟੈਂਟ ਹੈ, ਕਿਉਂਕਿ ਜਦੋਂ ਅਸੀਂ ਸਟ੍ਰੈਸ ਦੇ ਵਿੱਚ ਆਪਣੇ ਆਪ ਨੂੰ ਐਕਸਕਿਊਜ਼ ਦਿੰਦੇ ਹਾਂ ਕਿ ਹਾਂ ਫਲਾਣੇ ਨੇ ਮੇਰੇ ਨਾਲ ਗਲਤ ਕੀਤਾ, ਫਲਾਣੇ ਨੇ ਮੇਰੇ ਨਾਲ ਕੀਤਾ, ਸੋ ਆਪਣੇ ਆਪ ਨੂੰ ਅਸੀਂ ਹੋਰ ਤਸਾਉਂਦੇ ਹਾਂ ਵਿੱਚ ਸਟ੍ਰੈਸ ਦੇ, ਕਿਸੇ ਨੇ ਮੇਰੇ ਨਾਲ ਗਲਤ ਕੀਤਾ, ਠੀਕ ਕੀਤਾ, ਨਹੀਂ ਕੀਤਾ, ਉਹਦੀ ਐਕਸਟਰਨਲ ਫੈਕਟਰਸ ਨੂੰ ਛੋੜ ਕੇ ਜਦੋਂ ਤੁਸੀਂ ਆਪਣੇ ਆਪ ਨੂੰ ਐਲੀਵੇਟ ਕਰਦੇ ਹੋ, ਉਹ ਬਹੁਤ ਇੰਪੋਰਟੈਂਟ ਹੈ। ਬਿਕੋਜ਼ ਕਿਸੇ ਵੀ ਬਿਮਾਰੀ, ਭਾਵੇਂ ਉਹ ਡਿਪਰੈਸ਼ਨ ਹੈ, ਭਾਵੇਂ ਜਿਵੇਂ ਅੱਜ ਕੱਲ੍ਹ ਬੜਾ ਕਲੀਅਰਲੀ ਆ ਰਿਹਾ ਹੈ ਕਿ ਸਟ੍ਰੈਸ ਜਦੋਂ ਲਓ ਤਾਂ ਤੁਸੀਂ ਬਿਮਾਰ ਹੋ ਜਾਂਦੇ ਹੋ, ਯੂ ਨੋ ਤੁਹਾਡੀ ਹੋਰ ਬਿਮਾਰੀਆਂ ਲੱਗ ਜਾਂਦੀਆਂ ਜਿਹੜੀਆਂ ਕਿ ਸਾਈਕਲ ਹੈ ਪੂਰਾ। ਸੋ ਉਹਦੇ 'ਚੋਂ ਆਈ ਥਿੰਕ ਨਿਕਲਣਾ ਬਹੁਤ ਜ਼ਰੂਰੀ ਹੈ। ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੀ ਹਾਂ, ਤੁਸੀਂ ਜ਼ਰੂਰ ਕਾਲ ਕਰੋ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਸਾਰੇ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੋਗਿੰਦਰ ਜੀ, ਦੱਸੋ ਕੀ ਕਹਿੰਦੇ ਹੋ? ਦੇਖੋ ਜੀ, ਇੱਥੇ ਜਿਹੜੇ ਬੰਦੇ ਆਏ ਨੇ, ਇਹ ਪ੍ਰੋਬਲਮ ਤਾਂ ਉਹ ਕਾਫੀ ਹੈਗੀਆਂ ਨੇ, ਪਰ ਹੁਣ ਸੋਚਿਆ ਤਾਂ ਨਹੀਂ ਹੁੰਦਾ ਨਾ, ਕੁਛ ਹੌਸਲਾ ਉਹ ਕਰੇ, ਤੇ ਜਦੋਂ ਇਕੱਲੀ ਰਹਿ ਗਈ, ਬੱਚੇ ਪਾਲ ਰਹੀ ਹੈ, ਪਤਾ ਨਹੀਂ ਉਹ ਕਿੰਨੀ ਤੰਗ ਹੋ ਰਹੀ ਹੈ, ਤੇ ਕਿਸੇ ਦਾ ਸਹਾਰਾ ਵੀ ਚਾਹੀਦਾ। ਉਹ ਚਾਹੇ ਇੰਟੈਂਗਲ ਹੈਗੀ ਉਹਦੇ ਨਾਲ ਹੀ ਜਾਂ ਨਹੀਂ ਹੈਗੀ ਹੈ, ਕਿਤੇ ਵੀ ਬੱਚੇ ਦੀ ਐਡਮਿਸ਼ਨ ਹੋਏਗੀ, ਕੋਈ ਕੰਮ ਹੋਏਗਾ ਤੇ ਜਾਣਾ ਤਾਂ ਪੈਂਦਾ। ਹੁਣ ਤਾਂ ਇਹ ਹੈ, ਹੌਸਲਾ ਕਰਕੇ ਆਪਣੇ ਪੇਪਰ ਉਹ ਬਣਵਾਏ, ਵੈਗਰੂ ਦਾ ਨਾਂ ਲਏ, ਕੋਈ ਟਾਈਮ ਐਸਾ ਆਵੇਗਾ ਫਿਰ ਆਪਣੀ ਵਾਈਫ ਨੇ ਇੱਥੇ ਸੱਦ ਲਏ। ਇੰਡੀਆ ਜਾ ਕੇ ਤਾਂ ਹੁਣ ਕੁਛ ਹੋਣਾ ਨੀ ਨਾ, ਜੇ ਇੰਡੀਆ ਹੁਣ ਜਾਏਗਾ ਉਹ ਕੰਮ ਸਾਰਾ ਆਪਣਾ ਉੱਥੇ ਆਪਣਾ ਆਪਣਾ ਖਤਮ ਹੈਗਾ। ਇੱਥੇ ਆਇਆ ਹੈਗਾ ਕੰਮ ਕਰ, ਦਿਲ ਲਾ, ਕੋਈ ਨੀ, ਉਹ ਵਾਹਿਗੁਰੂ ਦਾ ਨਾਂ ਲਾਇਆ, ਤੇ ਜੇ ਉਹ ਇੰਟੈਂਗਲ ਹੈਗੀ ਵੀ ਐਸਾ ਹੀ ਐਸਾ ਹੀ ਕਿਸਾਨ ਹੋ ਲਈ, ਐਸੀ ਪੰਜ ਸਾਲ ਹੋ ਲਈ, ਫਿਰ ਕੀ ਕਰੇਗਾ? ਆਪ ਕਿਆ ਕਰ ਸਕਤੇ ਹੋ? ਉਸਮੇ ਤੋ ਯਹੀ ਕਰ ਸਕਤੇ ਹੋ ਆਪ, ਬਈ ਵਾਹਿਗੁਰੂ ਕਾ ਨਾਮ ਦੋ, ਇਨ ਟੱਚ ਆਪਣਾ ਫੋਨ ਕਰ ਦੇਗਾ ਉੱਥੇ ਜੀ, ਫੋਨ ਕਰੋਗੇ ਫੋਨਾਂ ਤੇ, ਉਹਨੂੰ ਵੀ ਹੌਸਲਾ ਹੋਏਗਾ, ਤੁਹਾਡਾ ਵੀ ਟਾਈਮ ਪਾਸ ਹੋਏਗਾ ਆਪਣੇ ਬੱਚਿਆਂ ਨਾਲ ਤੇ ਉਹਦੇ। ਜੀ ਬਹੁਤ ਵਧੀਆ, ਥੈਂਕ ਯੂ ਸੋ ਮਚ ਜੋਗਿੰਦਰ ਜੀ।
ਸੌਰੀ ਕੁਝ ਕਹਿਣ ਲੱਗੇ ਸੀ ਸ਼ਾਇਦ, ਬਟ ਉਹ ਹੀ ਗੱਲ ਉਹ ਹੈ ਕਿ ਹੁਣ ਜਾ ਕੇ ਵੀ ਕੀ ਹੋਏਗਾ, ਹੈ ਉਹ ਜਾਂ ਨਹੀਂ ਹੈ, ਜਦ ਕਿ ਹੁਣੇ ਇਹਨਾਂ ਦੇ ਹਿਸਾਬ ਨਾਲ ਰਿਪੋਰਟ ਇਹੀ ਮਿਲੀ ਹੈ ਕਿ ਨਹੀਂ ਹੈ ਉਹ ਇੰਟੀਮੇਟ, ਸ਼ੀ ਇਜ਼ ਜਸਟ ਟੇਕਿੰਗ ਹੈਲਪ, ਪਰ ਉਹ ਹੀ ਕਿ ਲੰਬਾ ਤਾਂ ਹੋ ਗਿਆ ਹੁਣ, ਤਾਂ ਉਹ ਸਾਰਾ ਜਿਹੜਾ ਹੈ ਪੀਰੀਅਡ ਹੈ ਉਹ ਇੱਕ ਤਰ੍ਹਾਂ ਨਾਲ ਵੇਸਟ ਹੋ ਜਾਏਗਾ, ਉਹ ਜਾ ਕੇ ਕਰੋਗੇ ਕੀ, ਸੈਟਲ ਡਾਊਨ ਹੋਣਗੇ, ਇੱਕ ਵਾਰੀ ਗਏ ਤਾਂ ਵਾਪਸ ਆਉਣਾ ਆਫਕੋਰਸ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਆਲਮੋਸਟ ਇੰਪੋਸੀਬਲ ਹੋ ਜਾਂਦਾ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ? ਹਾਂਜੀ ਮੈਂ ਮਨਰੀਤ ਬੋਲ ਰਹੀ ਹਾਂ ਜੀ। ਮਨਰੀਤ ਜੀ ਥੈਂਕ ਯੂ ਫੋਰ ਕਾਲਿੰਗ, ਦੱਸੋ ਕੀ ਕਹਿੰਦੇ ਹੋ। ਹਾਂਜੀ ਮੈਂ ਇਹ ਕਹਿਣਾ ਚਾਹ ਰਹੀ ਸੀ ਕਿ ਜਿਸ ਤਰ੍ਹਾਂ ਇਹ ਟੌਪਿਕ ਚੱਲ ਰਿਹਾ ਹੈਗਾ ਕਿ ਉਹ ਬੜੇ ਡਿਪਰੈਸਡ ਨੇਗੇ, ਉਹਨਾਂ ਨੂੰ ਨਹੀਂ ਡਿਪਰੈਸ ਹੋਣਾ ਚਾਹੀਦਾ, ਉਹਨਾਂ ਨੂੰ ਪੋਜ਼ਿਟਿਵ ਹੋਣਾ ਚਾਹੀਦਾ ਹੈਗਾ। ਦੇਖੋ ਜਿਹੜੇ ਰਿਸ਼ਤੇ ਨੇਗੇ ਉਹਨਾਂ 'ਤੇ ਤਾਂ ਵਿਸ਼ਵਾਸ ਕਰਨਾ ਪੈਂਦਾ, ਚਾਹੇ ਅਸੀਂ ਜਿੰਨੇ ਵੀ ਦੂਰ ਹੋਈਏ, ਜਿਹੜੇ ਰਿਸ਼ਤੇ ਆ ਉਹ ਨੇੜੇ ਹੋ ਕੇ ਵੀ ਖਰਾਬ ਹੋ ਸਕਦੇ ਨੇ ਤੇ ਦੂਰ ਹੋ ਕੇ ਵੀ ਖਰਾਬ ਹੋ ਸਕਦੇ ਨੇ, ਪਰ ਸਾਨੂੰ ਆਪਣਾ ਵਿਸ਼ਵਾਸ ਬਣਾਈ ਰੱਖਣਾ ਚਾਹੀਦਾ। ਜਿਸ ਤਰ੍ਹਾਂ ਉਹ ਇੱਥੇ ਆਏ ਨੇ ਇੱਕ ਮੰਜ਼ਿਲ ਪਾਉਣ ਵਾਸਤੇ, ਉਹਨਾਂ ਨੂੰ ਪਾਉਣੀ ਚਾਹੀਦੀ ਹੈ, ਉਹ ਮੁਕਾਮ ਹਾਸਲ ਕਰਨਾ ਚਾਹੀਦਾ, ਕਿਉਂਕਿ ਜੋ ਇੱਕ ਕਦਮ ਚੁੱਕਿਆ ਸੀ ਤੇ ਉੱਥੇ ਸਾਨੂੰ ਪਹਿਲਾਂ ਸਥਿਰ ਹੋਣਾ ਚਾਹੀਦਾ, ਆਪਦੇ ਇੱਥੇ ਆਪਣੀਆਂ ਰੂਟਸ ਬਣਾਉਣ, ਇੱਥੇ ਜੜ੍ਹਾਂ ਬਣਾਉਣ, ਆਪਣਾ ਮਨ ਲਗਾਉਣ। ਦੇਖੋ ਹਰ ਇੱਕ ਜਗ੍ਹਾ ਤੇ ਸਟਰਗਲ ਕਰਨਾ ਪੈਂਦਾ, ਉੱਥੋਂ ਆਏ ਸੀ ਕਿਉਂਕਿ ਉੱਥੇ ਸਟਰਗਲ ਕਰ ਰਹੇ ਸੀਗੇ, ਇਹਨਾਂ ਨੂੰ ਉੱਥੇ ਠੀਕ ਨਹੀਂ ਲੱਗਿਆ ਤਾਂ ਇਹਨਾਂ ਨੇ ਦੂਸਰੀ ਜਗ੍ਹਾ ਚੁਣੀ ਹੈ। ਹੁਣ ਇੱਥੇ ਤਾਂ ਇਹਨਾਂ ਨੂੰ ਮਨ ਲਗਾਉਣਾ ਪਏਗਾ। ਦੇਖੋ ਜੇ ਅਸੀਂ ਆਪਣਾ ਮਨ ਲਾ ਕੇ ਕੰਮ ਕਰਦੇ ਹਾਂ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਮੰਜ਼ਿਲ ਸਾਨੂੰ ਨਹੀਂ ਮਿਲਦੀ ਹੈਗੀ, ਉਹ ਅਸੀਂ ਜ਼ਰੂਰ ਅਚੀਵ ਕਰਦੇ ਹਾਂ। ਇਹ ਨਹੀਂ ਹੈ ਕਿ ਇਹਨਾਂ ਦੀ ਫੈਮਿਲੀ ਖਰਾਬ ਹੋਏਗੀ, ਅੱਜ ਕੱਲ੍ਹ ਤਾਂ ਇੰਨੀ ਜ਼ਿਆਦਾ ਕਨੈਕਟੀਵਿਟੀ ਹੈ, ਨੈੱਟ ਹੈ, ਦੈਨ ਵਟਸਐਪ ਹੈ, ਆਨਲਾਈਨ ਅਸੀਂ ਹੋ ਸਕਦੇ ਹਾਂ, ਹਰ ਇੱਕ ਗੱਲ ਸਾਨੂੰ ਘਰ ਨੂੰ ਪਤਾ ਚੱਲਦੀ ਹੈ, ਦੈਨ ਅਸੀਂ ਉਹਨਾਂ ਨਾਲ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹਾਂ। ਉਹਨਾਂ ਨੂੰ ਟਾਈਮ ਦਿਓ ਤੁਸੀਂ, ਉਹਨਾਂ ਲਈ ਟਾਈਮ ਕੱਢੋ। ਇਹ ਨਹੀਂ ਹੈ ਕਿ ਵੀ ਤੁਸੀਂ ਉਹਨਾਂ ਨੂੰ ਟਾਈਮ ਨਹੀਂ ਦਿਓਗੇ ਤਾਂ ਉਹਨਾਂ ਤੋਂ ਤੁਸੀਂ ਕਿਵੇਂ ਐਕਸਪੈਕਟ ਕਰ ਸਕਦੇ ਹੋ ਕਿ ਉਹ ਤੁਹਾਨੂੰ ਟਾਈਮ ਦੇਣ, ਹੈਨਾ ਜੀ। ਅਸੀਂ ਦੂਰ ਬੈਠ ਕੇ ਵੀ ਫੈਮਿਲੀ ਦੇ ਬਹੁਤ ਨਜ਼ਦੀਕ ਹੋ ਸਕਦੇ ਹਾਂ, ਇਸ ਕਰਕੇ ਇਹਨਾਂ ਨੂੰ ਹੌਸਲਾ ਦਿਓ ਕਿ ਆਪਣਾ ਦਿਲ ਨਾ ਛੱਡਣ, ਆਪਣੀ ਮੰਜ਼ਿਲ ਪਾਉਣ ਇੱਥੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ, ਐਪਰੀਸ਼ੀਏਟ। ਸੋ ਸਹੀ ਹੈ, ਅੱਜ ਕੱਲ੍ਹ ਦਾ ਜ਼ਮਾਨਾ ਜਿਹੜਾ ਹੈ ਕੰਟੈਕਟ ਰੱਖਣ ਦਾ, ਮੇਰੇ ਖਿਆਲ ਨੋ ਟਾਈਮ ਵਾਜ਼ ਬੈਟਰ ਦੈਨ ਦਿਸ। ਯੂ ਨੋ ਫੇਸ ਟਾਈਮ ਹੈ, ਸਕਾਈਪ ਹੈ, ਜੋ ਮਰਜ਼ੀ ਕਰੋ ਤੁਸੀਂ, ਯੂ ਆਰ ਆਲਮੋਸਟ ਲਾਈਕ ਦੇਅਰ, ਤੁਸੀਂ ਹਰ ਐਕਟੀਵਿਟੀ 'ਚ। ਪਰ ਉਹ ਹੀ ਕਿ ਤੁਹਾਨੂੰ ਟਾਈਮ ਦੇਣਾ ਪਏਗਾ ਕਿ ਹਾਂ, ਯੂ ਨੋ ਕਈ ਵਾਰੀ ਬੰਦਿਆਂ ਤੋਂ, ਆਈ ਐਮ ਨੋਟ ਸੇਇੰਗ ਇਹਨਾਂ ਤੋਂ, ਬਟ ਬੰਦਿਆਂ ਤੋਂ ਇਹ ਚੀਜ਼ ਇੱਕ ਵੀ ਟੇਕ ਇਟ ਫੋਰ ਗ੍ਰਾਂਟਿਡ ਕਿ ਮੇਰਾ ਕੰਮ ਸਿਰਫ ਪੈਸੇ ਭੇਜਣਾ, ਉਹ ਮੇਰਾ ਕੰਮ ਹੋ ਗਿਆ। ਮੈਂ ਅਗਰ ਮੈਨੂੰ ਨਹੀਂ ਟਾਈਮ ਮਿਲਿਆ ਫੋਨ ਕਰਨ ਦਾ ਜਾਂ ਡਿਟੇਲ ਪੁੱਛਣ ਦਾ ਕਿ ਬੱਚਿਆਂ ਦਾ ਕੀ ਹੋ ਰਿਹਾ, ਤੇਰਾ ਕੀ ਹੋ ਰਿਹਾ, ਤਾਂ ਕੋਈ ਗੱਲ ਨਹੀਂ। ਸੋ ਜਸਟ ਇਟਸ ਅ ਗੁੱਡ ਰਿਮਾਈਂਡਰ ਕਿ ਸਟੇ ਟੋਟਲੀ ਇਨਵੋਲਵਡ, ਐਂਡ ਉਹ ਇੱਕ ਹੱਟ ਕਰਕੇ ਤੁਸੀਂ ਇਹ ਕਦਮ ਚੁੱਕਿਆ ਤੇ ਯੂ ਨੋ ਸਟਿਕ ਟੂ ਇਟ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹੈਲੋ, ਮੈਨੂੰ ਆਵਾਜ਼ ਨਹੀਂ ਆ ਰਹੀ, ਸ਼ਾਇਦ ਇਹਨਾਂ ਦਾ ਫੋਨ ਡਿਸਕਨੈਕਟ ਹੋ ਗਿਆ, ਬਟ ਇੱਥੇ ਮੈਨੂੰ ਨਹੀਂ ਪਤਾ ਲੱਗ ਰਿਹਾ। ਸੋ ਪਲੀਜ਼ ਕਾਲ ਅਸ ਬੈਕ, ਦੁਬਾਰਾ ਕਾਲ ਕਰੋ, ਮੈਂ ਇਹਨਾਂ ਨੂੰ ਪੁੱਛਦੀ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਦੁਬਾਰਾ ਕਾਲ ਕਰੋ, ਆਵਾਜ਼ ਨਹੀਂ ਆ ਰਹੀ, ਆਈ ਐਮ ਨੋਟ ਸ਼ੋਰ ਵਾਈ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਆਂਟੀ, ਹਾਂਜੀ ਦੱਸੋ ਕੀ ਕਹਿੰਦੇ ਹੋ? ਮੈਂ ਇਹ ਕਹਾਂਗੀ, ਇੱਕ ਫੈਮਿਲੀ ਇੱਥੋਂ ਇੱਕ ਬੰਦਾ ਚਲਾ ਗਿਆ ਸਾਡੇ ਜਾਣ ਪਛਾਣ ਦਾ, ਤੁਹਾਨੂੰ ਉੱਥੋਂ ਦੇ ਹਾਲਾਤਾਂ ਦਾ ਪਤਾ, ਕੰਮ ਨਹੀਂ ਮਿਲਦੇ, ਕੋਈ ਸਹਾਰਾ ਨਹੀਂ ਹੈਗਾ, ਜਿਹੜੇ ਇੱਥੇ ਇਹਨਾਂ ਚਿਰ ਰਹਿ ਕੇ ਜਾਂਦੇ ਉਹਨਾਂ ਕੋਲ ਮਾੜੇ ਮੋਟੇ ਕੰਮ ਵੀ ਨਹੀਂ ਕਰਨ ਜੀ ਕਰਦਾ, ਹੈ ਨਾ। ਦੂਜੀ ਗੱਲ, ਇਹਨਾਂ ਨੂੰ ਨਹੀਂ ਜਾਣਾ ਚਾਹੀਦਾ, ਹੁਣ ਉਹ ਇੰਨਾ ਪਛਤਾ ਰਿਹਾ ਹੈ, ਉਹ ਨਾ ਆਉਣ ਯੋਗਾ ਹੈ, ਨਾ ਉਹਨੂੰ ਉੱਥੇ ਕੋਈ ਕੰਮ ਮਿਲਿਆ, ਫੈਮਿਲੀ 'ਚ ਕਰਦੇ ਹੁਣ ਝਗੜਾ, ਤੁਸੀਂ ਨਹੀਂ ਆਉਣਾ ਸੀ। ਆਪਾਂ ਦੋ ਪਾਸੇ ਜਾਣ ਦੀ ਗੱਲਾਂ ਲਾ ਲਈਦੀਆਂ ਨੇ, ਹਮੇਸ਼ਾ ਵਾਈਫ ਜਿਹੜੀ ਔਰਤ ਜ਼ਰੂਰ ਸੋਚਦੀ ਹੈ ਵੀ ਇਹਨਾਂ 'ਚ ਰਹਿ ਰਹੇ ਐਵੇਂ ਨਾ ਆਉਣ, ਕੁਛ ਪੇਪਰ ਬਣ ਜਾਣ ਫੇਰ ਆਉਣ, ਹੈਨਾ। ਬਾਕੀ ਹੈਗਾ ਤਾਂ ਇਨਸਾਨ ਹੈ, ਘਾਟੇ ਵਾਧੇ ਜ਼ਿੰਦਗੀ ਵਿੱਚ, ਆਪਾਂ ਇਹ ਨਾ ਸਹੀਏ ਤਾਂ ਆਪਣੀ ਲਾਈਫ ਕੀ ਹੈ। ਤੁਸੀਂ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ, ਵੇਟ ਕਰੋ, ਸਾਡੇ ਕੋਲ ਇੱਥੇ ਨਾਲ ਘਰ ਹੈ, 18 ਸਾਲ ਹੋ ਗਏ ਆਇਆ ਨੂੰ, ਇੱਕ ਸਾਡਾ ਰਿਸ਼ਤੇਦਾਰ ਮੇਰੀ ਬੇਟੀ ਦਾ ਦਿਓਰ ਦਾ ਮੁੰਡਾ ਜੇਠ ਦਾ, ਤੇ ਉਹ 20 ਸਾਲਾਂ ਬਾਅਦ ਹੁਣ ਜਾ ਕੇ ਉਹਨੂੰ ਪੇਪਰ ਮਿਲ ਗਏ, ਸਾਰਾ ਘਰੋਂ ਵਾਹਿਗੁਰੂ ਦਾ ਨਾਂ ਲਓ, ਗੁਰੂ ਘਰ ਜਾਓ, ਤੁਹਾਨੂੰ ਪੇਪਰ ਮਿਲ ਜਾਣਗੇ, ਕੁਛ ਬਣ ਕੇ ਜਾਓ, ਇੰਨਾ ਚ ਰਹਿ ਰਹਿ ਕੇ ਬੰਦੇ ਨੇ ਐਵੇਂ ਨਾ ਜਾਓ, ਫਿਰ ਪਛਤਾਵਾ ਲੱਗੇਗਾ। ਫਿਰ ਤਾਂ ਉਹਨੇ ਆਖਿਆ ਸੀ ਕੁਛ ਬਣਨਾ ਹੀ ਨਹੀਂ, ਫਿਰ ਤਾਂ ਉਦੋਂ ਚਿੰਤਾ ਬਣ ਜਾਏਗੀ ਵੀ ਮੈਂ ਨਾ ਹੀ ਆਉਂਦਾ ਨਾ ਹੀ ਆਉਂਦਾ, ਹੈਨਾ। ਉਸ ਗੱਲ 'ਚ ਨਾ ਥੋੜਾ ਵੇਟ ਕਰੋ, 6 ਮਹੀਨੇ 1 ਸਾਲ ਪੇਪਰ ਮਿਲਣਗੇ, ਬੱਚੇ ਨੇ, ਵਾਈਫ ਘਰ 'ਚ ਬੈਠੇ ਨੇ, ਚਲੋ ਉਹਨਾਂ ਦੇ ਰੁਜ਼ਗਾਰ ਚੱਲੀ ਜਾਂਦਾ ਹੈ, ਤੇ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ। ਮੈਂ ਤੇ ਇਹ ਕਹਾਂਗੀ ਵੇਟ ਕਰੋ, ਵਾਹਿਗੁਰੂ ਦੇ ਨਾਲ ਹੋ, ਤੁਹਾਨੂੰ ਜ਼ਰੂਰ ਪੇਪਰ ਮਿਲਣਗੇ, ਪੇਪਰ ਲੈ ਕੇ ਤੁਸੀਂ ਜਾਓਗੇ, ਵੇਖ ਲੈਣਾ, ਸਾਰਾ ਲਵੋ ਥੋੜਾ ਜਿਹਾ, ਕਿਸੇ ਭੈਣ ਭਰਾ ਨਾਲ ਗੱਲਬਾਤ ਕਰੋ, ਜਾਇਆ ਆਇਆ ਕਰੋ, ਗੁਰੂ ਘਰ ਚਲੇ ਗਏ, ਆਪੇ ਮਨ
ਸਥਿਰਤਾ ਮਿਲਦੀ ਹੈ। ਬਹੁਤ ਵਧੀਆ ਆਂਟੀ ਜੀ। ਹੋ ਜਾਂਦਾ ਬੱਚਿਆਂ ਤੋਂ, ਵਾਈਫ ਤੋਂ, ਫੈਮਿਲੀਆਂ ਤੋਂ ਹੋ ਜਾਂਦਾ ਹਰ ਬੰਦੇ ਵਾਸਤੇ, ਲੇਕਿਨ ਤਕੜੇ ਹੋ ਕੋਈ ਨਹੀਂ, ਸਟਰੋਂਗ ਹੋ ਜਾ, ਮੈਂ ਅਜੇ ਨਹੀਂ ਜਾਣਾ। ਥੈਂਕ ਯੂ ਸੋ ਮਚ ਆਂਟੀ ਜੀ, ਬਹੁਤ ਵਧੀਆ। ਸਹੀ ਕਹਿੰਦੇ ਨੇ ਕਿ ਹੈਵ ਅ ਲਾਈਫ ਹੇਅਰ, ਜਿਵੇਂ ਯੂ ਨੋ ਇਹ ਸਿਰਫ ਇਸ ਵੀਰ ਨੂੰ ਨਹੀਂ, ਸਾਰੇ ਸਾਡੇ ਗੱਲਬਾਤ ਦੇ ਵਿਊਅਰ ਸਾਰਿਆਂ ਨੂੰ ਹੀ ਕਹਿ ਰਹੇ ਨੇ, ਜੋ ਵੀ ਇਸ ਤਰ੍ਹਾਂ ਦੀ ਸਟੇਟ ਵਿੱਚ ਇੱਥੇ ਬੈਠਾ ਹੈ ਕਿ ਭਾਵੇਂ ਲੇਡੀ ਹੈ ਭਾਵੇਂ ਆਦਮੀ ਹੈ, ਯੂ ਨੋ ਬੱਚੇ ਛੋੜ ਕੇ ਕਪਲਸ ਬੈਠੇ ਹੈ, ਕੰਮ ਕੀਤਾ ਭੇਜਿਆ, ਕੰਮ ਕੀਤਾ ਭੇਜਿਆ, ਗੋਲ ਸਾਹਮਣੇ ਹੋਣਾ ਬਹੁਤ ਜ਼ਰੂਰੀ ਹੈ, ਪਰ ਇਸ ਪੀਰੀਅਡ ਦੇ ਵਿੱਚ ਵੀ ਲਾਈਫ ਹੋਣਾ ਬਹੁਤ ਜ਼ਰੂਰੀ ਹੈ। ਸੋ ਹੈਵ ਅ ਲਿਟਲ ਲਾਈਫ, ਯੂ ਨੋ ਗੁਰੂ ਘਰ ਜਾਣਾ, ਇਨਵੋਲਵ ਹੋਣਾ ਕਿਸੇ ਚੀਜ਼ 'ਚ, ਕਿਤੇ ਸੇਵਾ ਕਰਨੀ, ਕਿਸੇ ਨੂੰ ਹਾਲ ਚਾਲ ਪੁੱਛਣਾ ਤਾਂ ਕਿ ਕੋਈ ਤੁਹਾਨੂੰ ਵੀ ਹਾਲ ਚਾਲ ਪੁੱਛਣ ਵਾਲਾ ਹੋਏ। ਜਿਵੇਂ ਕਹਿੰਦੇ ਨੇ ਬਾਂਹ ਟੁੱਟੀ ਸੀ, ਕਿਸੇ ਖਾਸ ਨੇ ਢੋਈ ਨਹੀਂ ਲਈ, ਲਾਈਕ ਕਿਸੇ ਨੇ ਖਾਸ ਪੁੱਛਿਆ ਨਹੀਂ, ਬਟ ਇਹ ਕਿ ਤੁਸੀਂ ਜਦੋਂ ਕਿਸੇ ਆਉਂਦੇ ਕੰਮ ਆਓਗੇ ਤੁਹਾਡੇ ਵੀ ਆਏਗਾ। ਸੋ ਇਹ ਬੜਾ ਜ਼ਰੂਰੀ ਹੈ ਕਿ ਯੂ ਨੋ ਆਪਣਾ ਮਨ ਜਿਹੜਾ ਚਿੱਤ ਹੈ ਇੱਕ ਗੋਲ ਵਾਕਣ ਕੇ ਉਹਨੂੰ ਮੈਂ ਉੱਪਰ ਰੱਖਣਾ ਹੈ, ਉਹ ਬੜਾ ਜ਼ਰੂਰੀ ਹੈ, ਕਿਉਂਕਿ ਲੋਨਲੀਨੈਸ ਇੱਕ ਬੜੀ ਵੱਡੀ ਬਿਮਾਰੀ ਹੈ ਜਿਹਦੇ ਕਰਕੇ ਸਾਡੀਆਂ ਹੋਰ ਬੜੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ। ਸੋ ਉਹਦੇ ਤੋਂ ਕੋਸ਼ਿਸ਼ ਇਹੀ ਰਹਿਣੀ ਚਾਹੀਦੀ ਹੈ ਕਿ ਇਨਵੋਲਵ ਹੋ ਕੇ ਯੂ ਨੋ ਕਿਸੇ ਹੋਰ ਦੇ ਕੰਮ ਦੇ ਵਿੱਚ ਆਪਣਾ ਹੱਥ ਵਟਾ ਕੇ ਜਾਂ ਕਿਸੇ ਦੇ ਕੰਮ ਆ ਕੇ ਇਹ ਲੋਨਲੀਨੈਸ ਦੀ ਜਿਹੜੀ ਬਿਮਾਰੀ ਹੈ ਉਹ ਦੂਰ ਹੋ ਸਕਦੀ ਹੈ। ਸੋ ਇਹ ਸਾਰਿਆਂ ਨੂੰ ਇਹ ਮੈਸੇਜ ਹੈ ਕਿ ਤੁਸੀਂ ਬਹੁਤ ਸਟਰਗਲ ਕਰਕੇ ਇੱਥੇ ਤੱਕ ਪਹੁੰਚੇ ਹੋ, ਅਤੇ ਅਫਕੋਰਸ ਇੱਕਦਮ ਸੋਚ ਸਮਝ ਕੇ ਜੋ ਵੀ ਡਿਸੀਜਨ ਲੈਣਾ, ਇੱਕਦਮ ਵਾਪਸ ਜਾਣਾ ਤਾਂ ਕੋਈ ਵੀ ਕਹਿ ਰਿਹਾ ਕਿ ਨਹੀਂ ਯੂ ਨੋ ਅੱਛੀ ਗੱਲ, ਪਰ ਇਹ ਹੈ ਕਿ ਜੋ ਵੀ ਡਿਸੀਜਨ ਲਓਗੇ ਟੇਕ ਯੂਰ ਟਾਈਮ, ਬਟ ਦੈਟ ਵਿਲ ਬੀ ਸੱਚ ਅ ਵੇਸਟ। ਬਟ ਜਿੰਨੀ ਦੇਰ ਵੀ ਤੁਸੀਂ ਨਹੀਂ ਜਾ ਰਹੇ ਇੱਕ ਵੇਟਿੰਗ ਪਲੈਟਫਾਰਮ 'ਤੇ ਨਾ ਬੈਠੋ ਕਿ ਬਸ ਇੱਥੇ ਬੈਠੇ ਹੋਏ ਹਾਂ ਔਰ ਦੈਟਸ ਇਟ, ਇਹ ਕਰਨਾ, ਉਹਦਾ ਜਿਹੜਾ ਇੱਕ ਲਾਈਫ ਦਾ ਜਿਹੜਾ ਥੱਲੇ ਜਾਣਾ ਹੈ ਨਾ ਉਹ ਚਾਂਸਿਸ ਜ਼ਿਆਦਾ ਹੁੰਦੇ ਆ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਹੈ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਹਾਂਜੀ ਰਵਿੰਦ ਜੀ। ਹਾਂਜੀ ਨਸੀਬ ਜੀ, ਦੱਸੋ। ਹਾਂਜੀ, ਪਤਾ ਕੀ ਹੈ, ਵੇਖੋ ਮੇਰੇ ਹਸਬੈਂਡ ਵੀ 10 ਸਾਲ ਇੱਥੇ ਰਹੇ ਇਕੱਲੇ, ਤੇ ਅਸੀਂ 10 ਸਾਲ ਬਾਅਦ ਆਏ ਆ ਫੈਮਿਲੀ ਜੀ। ਉਦੋਂ ਸਾਧਰ ਬਣ ਜਾਂਦਾ ਸੀ, ਪਰਮਨੈਂਟ ਹੋ ਗਏ ਸੀਗੇ ਵਿਦ ਫੈਮਿਲੀ। ਅੱਛਾ, 10 ਸਾਲ ਦਾ ਵਿਛੋੜਾ ਕੱਟਿਆ, ਮੈਂ 40 ਸਾਲ ਦੀ ਸੀ ਉਦੋਂ, ਨਿੱਕੇ ਨਿੱਕੇ ਜਵਾਕ ਸੀ, ਪਰ ਅੱਜ ਕਿੰਨੇ ਖੁਸ਼ ਆ। ਤੇ ਕਹਿੰਦੇ ਆਪਾਂ ਅਮਰੀਕਾ ਕੈਨੇਡਾ ਨੂੰ ਪਰੀਆਂ ਦਾ ਦੇਸ਼ ਆਖਦੇ ਆ, ਤੇ ਇੰਡੀਆ ਦਾ ਵੇਖ ਲਓ, ਆਪਾਂ ਨੂੰ ਪਤਾ ਹੀ ਵੀ ਕੀ ਦੇਸ਼ ਆ, ਆਪਣਾ ਹੀ ਦੇਸ਼ ਆ, ਪਰ ਆਪਣਾ ਹੀ ਸਭ ਕੁਛ ਆ। ਉੱਥੇ ਜਾਣ ਨੂੰ ਐਨ ਜੀ ਕਰਦਾ ਵੀ ਇੱਕ ਦਿਨ ਵੀ ਜਾਵੜ ਗਏ, ਖਤਰਾ ਹੀ ਖਤਰਾ ਹੈ ਉੱਥੇ ਹਰੇਕ ਗੱਲ 'ਚ, ਨਾ ਕੋਈ ਜੋਬ ਆ ਨਾ ਕੋਈ ਕੁਛ ਆ। ਜੇ ਵੀਰ ਜੀ ਆਇਆ ਤੇ ਬੱਚੇ ਉੱਥੇ ਆ ਜਾਂ ਵਾਈਫ ਉੱਥੇ ਆ, ਉਹਨਾਂ ਨੂੰ ਵਿਜ਼ਟਰ ਵੀਜ਼ਾ ਦਵਾਵੇ ਆ ਜੀ ਵਾਈਫ ਨੂੰ ਜਾਂ ਕਿਵੇਂ, ਤੇ ਵੀ ਜਾ ਪਤਾ ਲੱਖਾਂ ਲੱਖਾਂ ਲੋਕ ਲਈ ਫਿਰਦੇ ਸਿਰਫ ਐਂਟਰੀ ਮਾਰਨ ਦੇ ਮਾਰੇ, ਲੱਖਾਂ ਲੋਟ ਕਹੀ ਹੁੰਦੇ ਵੀ ਸਾਨੂੰ, ਅਸੀਂ ਅਮਰੀਕਾ ਦਾ ਕਹਿੰਦੇ ਜਹਾਜ਼ ਤੇ ਚੜ੍ਹ ਕੇ ਵੇਖ ਲਈਏ, ਤੇ ਜਦੋਂ ਉੱਥੋਂ ਇੱਥੋਂ ਜਾਣਾ ਤਾਂ ਇੱਕ ਟਿਕਟ ਲੱਗਣੀ ਸਿਰਫ, ਉੱਥੇ ਕਿੰਨੇ ਕਿੰਨੇ ਪੈਸੇ ਜੇਬਾਂ 'ਚ ਪਾਈ ਫਿਰਦੇ ਵੀ ਸਾਨੂੰ ਕੋਈ ਅਮੈਰੀਕਾ ਲੈ ਜੇ ਕੋਈ ਛੋਟੇ ਮੁਲਕ 'ਚ ਲੈ ਜੇ। ਜੇ ਵੀਰਾ ਆਇਆ ਵਾ ਨਾ, ਹੁਣ ਦਿਲ ਹੋਰ ਰੱਖੇ ਥੋੜ੍ਹਾ ਬਹੁਤਾ, ਇਹ ਕਹੇ ਇਹ ਪੋਲੀਟੀਕਲ ਸਾਇਰ ਮਿਲਾ ਲਵੇ ਵਕੀਲ ਕਰਕੇ। ਹਾਂਜੀ, ਉਹਨਾਂ ਨੇ ਪ੍ਰੋਸੈਸ ਸ਼ੁਰੂ ਕੀਤਾ ਹੋਇਆ। ਹਾਂ, ਇਹ ਕਹੇ ਮੈਨੂੰ ਇੰਡੀਆ 'ਚ ਖਤਰਾ, ਅੱਜ ਕੱਲ੍ਹ ਤਾਂ ਮਾਰੀ ਜਾਂਦੇ ਵੇ, ਕਿਵੇਂ ਮਰੀ ਵੀ ਜਾਂਦੇ, ਸੁਸਾਈਡ ਕਰੀ ਜਾਂਦੇ ਆ। ਇਹ ਕਹੇ ਮੈਨੂੰ ਫੁੱਲ ਖਤਰਾ ਹੈ, ਮੇਰੀ ਫੈਮਿਲੀ ਨੂੰ ਖਤਰਾ ਹੈ, ਇਹਦੀ ਫੈਮਿਲੀ ਨੂੰ ਬੁਲਾ ਲੈਣਗੇ ਇੱਥੇ, ਇਹਨਾਂ ਨਾਲ ਹੋਇਆ। ਅੱਜ ਕੱਲ੍ਹ ਕੁਛ ਵੀ ਇੱਥੇ ਕਹਿ ਰਹੇ ਹੋ, ਇੱਥੇ ਤਾਂ ਸਭ ਗੋਰੇ ਸੱਚ ਮੰਨ ਲੈਂਦੇ ਆ। ਵਾਹਿਗੁਰੂ ਕਹੇ, ਮੈਂ ਉੱਥੇ ਖਤਰਾ ਹੈ, ਮੈਨੂੰ ਮੇਰੀ ਜਾਨ ਨੂੰ ਕੋਈ, ਐਵੇਂ ਮੇਰੇ ਬੱਚਿਆਂ ਨੂੰ ਵੀ ਖਤਰਾ, ਇੱਥੇ ਬੁਲਾ ਦਿਓ, ਮੈਂ ਇੱਥੇ ਹੀ ਸੈੱਟ ਹੋਣਾ ਚਾਹੁੰਦਾ, ਇੰਨਾ ਚਿਰ ਦੀ ਮੇਰੀ ਲਾਈਫ ਖਰਾਬ ਹੋ ਗਈ, ਮੈਂ ਬਾਕੀ ਦੇ ਕਿਉਂ ਉੱਥੇ ਜਾ ਕੇ ਖਰਾਬ ਕਰਾਂ, ਮੈਨੂੰ ਵੀ ਮੈਂ ਜਾ ਨਹੀਂ ਸਕਦਾ, ਕਹੇ ਕਿ ਕੋਈ ਵਿਚਾਰਾ ਜੀ। ਨਸੀਬ ਜੀ, ਥੈਂਕ, ਬਹੁਤ ਵਧੀਆ ਨਸੀਬ ਜੀ, ਥੈਂਕ ਯੂ ਸੋ ਮਚ। ਜਿਸ ਤਰ੍ਹਾਂ ਨਸੀਬ ਜੀ ਬੜਾ ਹੌਜ਼ਾ ਦੇ ਰਹੇ ਕਿ ਬੜੇ ਬੰਦਿਆਂ ਨਾਲ ਹੋਇਆ, ਨੋਟ ਦੈਟ ਕਿ ਉਹ ਤੁਹਾਡੀ ਸਿਚੁਏਸ਼ਨ ਕੋਈ ਬਦਲੇਗੀ, ਪਰ ਐਟਲੀਸਟ ਇਹ ਹੈਗਾ ਕਿ ਬਾਅਦ ਵਿੱਚ ਦੇਖੋ ਚੰਗਾ ਟਾਈਮ ਆਏਗਾ, ਯੂ ਨੋ ਦੈਟ ਟਾਈਮ, ਕਿ ਤੁਸੀਂ ਔਖਾ ਟਾਈਮ ਹੁਣ ਕੱਢਿਆ ਹੈ। ਔਰ ਜਿਹੜਾ ਉਹਨਾਂ ਦਾ ਨਸੀਬ ਜੀ ਦਾ ਕਹਿਣ ਦਾ ਇਹ ਵੀ ਹੈਗਾ ਕਿ ਕਿੰਨੇ ਬੰਦੇ ਇੱਥੇ ਆਉਣ ਨੂੰ ਤਰਸ ਰਹੇ ਹੈ, ਇਸ ਵੇਲੇ ਤੁਸੀਂ ਇੱਥੇ ਹੈਗੇ ਹੋ ਤੇ ਉਸ ਓਪਰਚੁਨਿਟੀ ਨੂੰ ਗਵਾਓ ਨਾ। ਹੁਣ ਜਿਹੜੇ ਸਾਲ ਲਾਏ ਹੈ, ਜਿਹੜੀ ਮਿਹਨਤ ਕੀਤੀ ਹੈ, ਉਹ ਬਿਲਕੁਲ ਹੀ ਯੂ ਨੋ ਐਵੇਂ ਹੀ ਟਰੈਸ਼ ਹੋ ਜਾਏਗੀ ਅਗਰ ਤੁਸੀਂ ਵਾਪਸ ਚਲੇ ਗਏ। ਸੋ ਥੋੜ੍ਹੀ ਹਿੰਮਤ ਰਹੋ, ਪਰ ਹਿੰਮਤ ਦੇ ਵਿੱਚ ਯੂ ਨੋ ਬਿਲਕੁਲ ਆਪਣੀ ਸਿਹਤ ਚਲੀ ਜਾਏ ਉਹ ਵੀ ਅਸੀਂ ਨਹੀਂ ਰਿਕਮੈਂਡ ਕਰਦੇ। ਔਰ ਜੋ ਨਸੀਬ ਜੀ ਕਹਿ ਰਹੇ ਹੈ, ਆਈ ਥਿੰਕ ਇਹਨਾਂ ਦਾ ਕੇਸ ਵੈਸੇ ਹੀ ਬੜਾ ਜੈਨੂਇਨ ਹੈ, ਕਿਉਂਕਿ ਇਹਨਾਂ ਦੇ ਆਪਣੇ ਹੀ ਕੋਈ ਜਿਸ ਤਰ੍ਹਾਂ ਦੱਸਣਾ ਨਹੀਂ ਚਾਹ ਰਹੇ ਸੀ, ਪਰ ਸਿਚੁਏਸ਼ਨ ਐਸੀ ਬਣੀ ਸੀ, ਆਪਣੇ ਹੀ ਭਰਾ ਪ੍ਰੋਪਰਟੀ ਪਿੱਛੇ ਕਾਫੀ
ਪੰਗਾ ਪਿਆ ਹੋਇਆ ਸੀ। ਸੋ ਜਿਸ ਤਰ੍ਹਾਂ ਵੀ ਉਹ ਇਹਨਾਂ ਨੇ ਪਹਿਲੇ ਵੀ ਕੀਤਾ ਹੋਇਆ, ਬਟ ਸਾਰੇ ਇਹੀ ਕਹਿ ਰਹੇ ਕਿ ਥੋੜ੍ਹਾ ਹੌਸਲਾ ਅਫਜ਼ਾਓ ਭਾਈ, ਇਸ ਵੇਲੇ ਸਿਹਤ ਵਾਸਤੇ ਜ਼ਰੂਰ ਫੋਕਸ ਕਰੋ ਕਿ ਤੁਹਾਡੀ ਸਿਹਤ, ਕਿਉਂਕਿ ਕੌਨਫਲਿਕਟ, ਸਟ੍ਰੈਸ, ਕਿਸੇ ਨਾਲ ਕੌਨਫਲਿਕਟ ਔਰ ਆਪਣੇ ਆਪ ਨਾਲ ਕੌਨਫਲਿਕਟ, ਮੈਂ ਜਾਵਾਂ ਮੈਂ ਨਾ ਜਾਵਾਂ, ਮੈਂ ਕਿਸ ਤਰ੍ਹਾਂ ਦੀ ਜ਼ਿੰਦਗੀ ਬਿਤਾ ਰਿਹਾ ਔਰ ਕਿਸ ਤਰ੍ਹਾਂ ਦੀ ਤੁਸੀਂ ਹੋਰ ਉਹਦੇ 'ਚ ਦੱਸਦੇ ਜਾਂਦੇ ਹੋ, ਉਹ ਸਿਹਤ ਵਾਸਤੇ ਬਹੁਤ ਮਾੜਾ। ਸੋ ਉਹਦੇ 'ਚੋਂ ਨਿਕਲਣਾ ਬਹੁਤ ਜ਼ਰੂਰੀ ਹੈ। ਉਹ ਮੈਂ ਜ਼ਰੂਰ ਰਿਕਮੈਂਡ ਕਰਾਂਗੀ ਕਿ ਜਿੰਨੇ ਡਿਪਰੈਸ ਤੁਸੀਂ ਇਸ ਵੇਲੇ ਲੱਗ ਰਹੇ ਹੋ, ਜ਼ਰੂਰ ਡਾਕਟਰ ਨੂੰ ਦੱਸੋ, ਜ਼ਰੂਰ ਉਹ ਤੁਹਾਨੂੰ ਕਹੇਗੇ। ਕੋਈ ਹਰਜ਼ ਨਹੀਂ, ਇੰਸ਼ੋਰੈਂਸ ਨਹੀਂ ਹੈ, ਕੋਈ ਦੇ ਬੜੇ ਤਰੀਕੇ ਹੈ, ਤੁਸੀਂ ਹੋਸਪਿਟਲ ਜਾਓਗੇ ਤਾਂ ਬੜੇ ਤਰੀਕੇ ਹੈ ਜਿਹੜੇ ਕਿ ਐਟਲੀਸਟ ਨਿਊਯਾਰਕ ਦੇ ਵਿੱਚ ਤੁਸੀਂ ਯੂ ਨੋ ਜਾ ਸਕਦੇ ਹੋ। ਐਂਡ ਨਹੀਂ ਵੀ ਹੈ ਤਾਂ ਇੰਨੀਆਂ ਪੈਸੇ ਤੁਸੀਂ ਪਿੱਛੇ ਭੇਜ ਰਹੇ ਹੋ, ਆਪਣੇ ਵਾਸਤੇ ਜ਼ਰੂਰ ਇੰਨਾ ਖਰਚਾ ਕਰੋ ਕਿ ਤੁਸੀਂ ਯੂ ਨੋ ਡਾਕਟਰ ਦੀ ਫੀਸ ਦੇ ਕੇ ਕੰਸਲਟ ਜ਼ਰੂਰ ਕਰੋ। ਉਹ ਬਹੁਤ ਜ਼ਿਆਦਾ ਵੀਲ ਡੈਫੀਨੇਟਲੀ ਰਿਕਮੈਂਡ ਦਿਸ। ਸੋ ਇਹਨਾਂ ਨੂੰ ਪੁੱਛਦੇ ਹਾਂ ਇਹਨਾਂ ਦਾ ਕੀ ਕਹਿਣਾ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਬੋਲਦਾ ਜੀ। ਹਾਂਜੀ ਗੁਰਦੀਪ ਜੀ, ਦੱਸੋ ਕੀ ਕਹਿੰਦੇ ਹੋ। ਇੰਡੀਆ ਜਾਣ ਦਾ ਤਾਂ ਇੰਨੀ ਕੁਰਬਾਨੀ ਕੀਤੀ ਆ, ਵਰਕਾ ਫਾੜਦਾ ਹੈ, ਸਾਰਿਆਂ ਨੇ ਦੱਸ ਦਿੱਤੇ ਉਹਦੇ ਬਾਰੇ। ਮੈਂ ਇੱਕ ਸ਼ੇਰ ਸੁਣਾਵਾਂਗਾ ਭਾਜੀ ਨੂੰ। ਚਲਤਾ ਰਹੂੰਗਾ ਪੱਥ ਪਰ, ਚੱਲਨੇ ਮੈਂ ਮਾਹਰ ਬਣ ਜਾਊਂਗਾ, ਯਾ ਤੋ ਮੰਜ਼ਿਲ ਮਿਲ ਜਾਏਗੀ ਯਾ ਅੱਛਾ ਮੁਸਾਫਿਰ ਬਣ ਜਾਊਂਗਾ। ਜੀ ਹੁਣ ਇਹਨਾਂ ਨੇ ਇੰਨੀ ਕੁਰਬਾਨੀ ਕੀਤੀ ਆ, ਤੇ ਇੱਕ ਸ਼ੇਰ ਇਹਨਾਂ ਨੂੰ ਹੋਰ ਮੋਟੀਵੇਟ ਕਰਨ ਲਈ ਸੁਣਾਉਣਾ। ਕਰਮ ਕਰਨ ਨਾਲ ਹਾਰ ਜਾਂ ਜਿੱਤ ਕੁਛ ਵੀ ਮਿਲ ਸਕਦਾ ਹੈ, ਪਰ ਕਰਮ ਨਾ ਕਰਨ ਤੇ ਤਾਂ ਕੇਵਲ ਹਾਰ ਹੀ ਮਿਲਦੀ ਆ। ਫਿਰ ਇੰਨਾ ਇੰਨੀ ਸੰਘਰਸ਼ ਕੀਤਾ ਤੇ ਹੁਣ ਹੋਰ ਕੰਮ ਕਰੀ ਜਾਓ, ਤੇ ਜਲਦੀ ਤੋਂ ਜਲਦੀ ਜਿੰਨਾ ਹੋ ਸਕੇ ਪੇਪਰਾਂ ਵੱਲ ਧਿਆਨ ਦਿਓ। ਇੰਡੀਆ ਜਾਣ 'ਚ ਕੋਈ ਫਾਇਦਾ ਨਹੀਂ, ਪੇਪਰ ਬਣਾਓ ਤੇ ਇੱਦਾਂ ਦੇ ਸੁਪਨੇ ਲਿਆ ਕਰੋ ਵੀ ਪੇਪਰ ਬਣ ਜਾਣਗੇ ਤੇ ਮੇਰੀ ਵਾਈਫ ਵੀ ਆ ਜਾਏਗੀ, ਮੇਰੇ ਬੱਚੇ ਵੀ ਆ ਜਾਣਗੇ। ਉੱਥੇ ਜਾਣ ਤੇ ਤੁਸੀਂ ਨਾ ਘਰ ਦੇ ਰਹਿਣਾ ਨਾ ਘਰ ਦੇ ਰਹਿਣਾ, ਉਹ ਵਰਕਾ ਫੜ ਲਓ, ਆਪਣਾ ਕਰਮ ਕਰੇ ਜਾਓ ਤੇ ਫਲ ਤੁਹਾਨੂੰ ਜ਼ਰੂਰ ਮਿਲੇਗਾ ਇੱਕ ਦਿਨ। ਅਸੀਂ ਵੀ ਦੁਆ ਕਰਾਂਗੇ, ਵਾਹਿਗੁਰੂ ਅੱਗੇ। ਥੈਂਕ ਯੂ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ ਗੁਰਦੀਪ ਜੀ। ਔਰ ਸਹੀ ਕਹਿ ਰਹੇ ਨੇ ਕਿ ਇੱਕ ਅੱਛਾ ਮੁਸਾਫਿਰ ਬਣਨਾ ਬੜਾ ਜ਼ਰੂਰੀ ਹੈ, ਕਿ ਇਹ ਨਹੀਂ ਕਿ ਯੂ ਨੋ ਜ਼ਿੰਦਗੀ ਖਤਮ ਹੋ ਗਈ ਇਹਦੇ 'ਚ। ਉੱਥੇ ਪਹੁੰਚਦੇ ਪਹੁੰਚਦੇ ਐਟਲੀਸਟ ਮੇਕ ਦ ਬੈਸਟ ਆਫ ਦਿਸ ਟਾਈਮ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਬਿਫੋਰ ਕਿ ਮੈਂ ਹੋਰ ਕਾਲਸ ਲਾਂ, ਜ਼ਰੂਰ ਦੱਸਾਂ, ਕੱਲ੍ਹ ਅਸੀਂ ਬੜੀਆਂ ਸੀਰੀਅਸ ਗੱਲਾਂ ਕਰਦੇ ਹਾਂ ਇੱਥੇ। ਵਿਆਹਾਂ ਦਾ ਟਾਈਮ ਹੈ, ਵਿਆਹਾਂ ਦੀਆਂ ਬੜੇ ਹੀ ਡਿਫਰੈਂਟ ਯੂ ਨੋ ਸ਼ਕਲ ਹੋ ਗਈ ਅੱਜ ਕੱਲ੍ਹ, ਬੜੀਆਂ ਤਿਆਰੀਆਂ, ਬੜੀਆਂ ਰੌਣਕਾਂ ਡਿਫਰੈਂਟ ਹੋ ਗਈਆਂ ਨੇ। ਸੋ ਇੱਕ ਅਸੀਂ ਕੱਲ੍ਹ ਜਿਹੜੇ ਗੈਸਟ ਲੈ ਕੇ ਆ ਰਹੇ ਹਾਂ, ਉਹ ਤੁਹਾਨੂੰ ਬੜੇ ਪਿਆਰ ਨਾਲ ਇਹ ਸਾਰੀਆਂ ਚੀਜ਼ਾਂ ਨਾਲ ਵਾਕਿਫ ਕਰਾਉਣਗੇ, ਅਤੇ ਨਾਲ ਉਹਨਾਂ ਦੀ ਬੁਟੀਕ ਹੈ ਜਿਹੜੀ, ਉਹਦੇ ਬਾਰੇ ਅਸੀਂ ਪੁੱਛਾਂਗੇ ਕਿ ਵੈਡਿੰਗ ਕਟੋਰ ਉਹਨਾਂ ਦੇ ਹੈਗੇ, ਜਿਹੜੇ ਅਸੈਸਰੀਜ਼ ਜਿਹੜੀਆਂ ਅਸੀਂ ਸਿਰਫ ਕੱਪੜੇ ਹੀ ਨਹੀਂ, ਜਿਹੜੀਆਂ ਹੋਰ ਵਿਆਹ ਦੇ ਵੇਲੇ ਅਸੀਂ ਚੀਜ਼ਾਂ ਇਕੱਠੀਆਂ ਕਰਨੀਆਂ ਹੁੰਦੀਆਂ, ਉਹ ਇੱਥੇ ਹੀ ਬਹਿ ਕੇ ਰਾਦਰ ਦੈਨ ਕਿ ਇੰਡੀਆ ਤੋਂ ਲੈ ਕੇ ਆਈਏ, ਕਿਸ ਤਰ੍ਹਾਂ ਪੋਸੀਬਲ ਹੈ। ਸੋ ਕੱਲ੍ਹ ਜ਼ਰੂਰ ਸਾਰੇ ਜ਼ਰੂਰ ਜੁੜਨਾ, ਇਟ ਵਿਲ ਬੀ ਅ ਫਨ ਸ਼ੋ। ਸੋ ਹੁਣ ਵਾਸਤੇ ਅੱਗੇ ਵੱਧਦੇ ਹਾਂ, ਲੈਟਸ ਸੀ ਕੀ ਕਹਿ ਰਹੇ ਨੇ ਸਾਰੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਹਾਂਜੀ, ਮੈਂ ਕਿਹਾ ਸੋਰੀ ਗੱਲ ਭੁੱਲ ਗਈ ਸੀ। ਹਾਂਜੀ ਨਸੀਬ ਜੀ, ਪਤਾ ਕੀ ਪੈਸੇ ਨਾ ਇਹ ਜ਼ਿਆਦਾ ਇੰਡੀਆ ਨਾ ਕੱਲੇ, ਅੱਛਾ ਜੀ, ਇਹ ਹੁਣ ਸੇਵਿੰਗ ਕਰੇ, ਪੈਸੇ ਸੇਫ ਚ ਰੱਖੇ, ਦੋਸਤ ਨੂੰ ਨਾ ਦੇਵੇ, ਰਿਸ਼ਤੇਦਾਰ ਨਾ ਫੜਾਵੇ, ਇੱਕ ਇਹਨੂੰ ਵਕੀਲ ਵਾਸਤੇ ਲੋੜ ਪਊਗੀ ਜੇ ਉਹਨਾਂ ਨੂੰ ਵੀਜ਼ਾ ਮਿਲ ਗਿਆ ਨਾ। ਹਾਂਜੀ, ਠੀਕ ਹੈ, ਵੀ ਮੈਨੂੰ ਉਹਨਾਂ ਨੂੰ ਖਤਰਾ ਹੈ ਉੱਥੇ, ਵੀ ਸਾਡੇ ਭਰਾਵਾਂ ਤੋਂ ਮੇਰੇ ਬੱਚਿਆਂ ਨੂੰ ਜਾਣ ਨੂੰ ਖਤਰਾ, ਫਿਰ ਲੋੜ ਪੈਗੀ ਇੱਥੇ, ਠੀਕ ਹੈ ਜੀ। ਬਹੁਤ ਇੰਡੀਆ ਪੈਸੇ ਨਾ ਭੇਜੇ, ਫਿਰ ਇਹਦਾ ਫਾਇਦਾ ਹੋਊ ਕੁਛ। ਥੈਂਕ ਯੂ ਸੋ ਮਚ ਜੀ, ਲੈਟਸ ਸੀ ਇਹ ਕੀ ਕਹਿ ਰਹੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੇਰਾ ਨਾਮ ਚਰਨਜੀਤ ਹੈ, ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ। ਹਾਂਜੀ ਚਰਨਜੀਤ ਜੀ, ਸਵਾਗਤ ਹੈ, ਦੱਸੋ ਕੀ ਕਹਿੰਦੇ ਹੋ? ਦੇਖੋ ਜੀ, ਜੇਕਰ ਇਹਨਾਂ ਦੇ ਪੇਪਰਸ ਦਾ ਕੰਮ ਚੱਲ ਰਿਹਾ ਹੈ ਜੀ, ਸੋ ਇਹਨਾਂ ਇਹ ਵੀ ਇੱਕ ਬੜੀ ਮੋਟੀਵੇਟਿੰਗ ਫੋਰਸ ਹੈ, ਔਰ ਇਹਨਾਂ ਨੂੰ ਇਸ ਵੇਲੇ ਆਪਣਾ ਧਿਆਨ ਔਰ ਉਮੀਦ ਉਹਦੇ ਵੱਲ ਰੱਖਣੀ ਚਾਹੀਦੀ ਹੈ। ਠੀਕ ਹੈ, ਠੀਕ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜਾ ਮੁੰਡਾ ਉੱਥੇ ਉਤਾਵਲਾ ਹੋ ਰਿਹਾ, ਉਹਨਾਂ ਨਾਲ ਗੱਲ ਇਹ ਹੈ ਕਿ ਜਿਹੜੇ ਬੰਦੇ ਇਲੀਗਲ ਆਉਂਦੇ ਨੇ, ਉਹ ਬੰਦੇ ਇਹ ਸ਼ੇਅਰ ਨਹੀਂ ਕਰਦੇ ਉੱਥੇ ਕਿ ਇੱਥੇ ਕੀ ਹਾਲਾਤ ਨੇ ਉਹਨਾਂ ਦੇ। ਰਾਈਟ, ਬਿਲਕੁਲ। ਹਾਂਜੀ, ਤੇ ਹਰ ਬੰਦਾ ਉਤਾਵਲਾ ਹੋ ਜਾਂਦਾ, ਉਹ ਇੱਥੇ ਏਦਾਂ ਪਿਆ ਫਿਰਦਾ ਸੀਗਾ, ਉੱਥੇ ਜਾ ਕੇ ਦੇਖ ਲਓ ਬੜਾ ਪੈਸਾ ਕਮਾ ਰਿਹਾ। ਸਹੀ ਕਹਿ ਰਹੇ ਹੋ, ਉਹ ਜ਼ਰੂਰ ਆਪਣੀ ਸਾਰੀ ਪੋਜੀਸ਼ਨ ਸ਼ੇਅਰ ਕਰਨ।
ਮੇਰਾ ਕੰਮ ਹੋ ਜਾਏ ਤੇ ਤੁਸੀਂ ਉੱਥੇ ਰਹੋਗੇ, ਤੁਸੀਂ ਸਾਰੇ ਹੀ ਇੱਥੇ ਆਓਗੇ, ਇਕੱਠੇ ਆ ਜਾਓਗੇ। ਦੂਸਰੀ ਦੂਸਰੀ ਗੱਲ ਇਹ ਹੈ ਕਿ ਜੇ ਮੁੰਡਾ ਕਹਿੰਦਾ ਕਿ ਮੈਂ ਤਾਂ ਹੁਣ ਜਾਣਾ ਉੱਥੇ ਹੈ, ਉਹਦੇ ਚ ਗਲਤ ਉਹਨੂੰ ਇਹ ਕਹੋ ਕਿ ਵੀ ਇੱਥੇ ਆ ਕੇ ਠੀਕ ਕੰਮ ਲੱਭਣ ਵਾਸਤੇ ਬੰਦੇ ਦਾ ਕੋਈ ਪ੍ਰੋਫੈਸ਼ਨ ਹੋਣਾ ਬਹੁਤ ਜ਼ਰੂਰੀ ਹੈ ਜੀ। ਬਿਲਕੁਲ ਬਿਲਕੁਲ ਹਾਂਜੀ, ਜੇ ਤੂੰ ਨਹੀਂ ਪੜ੍ਹਨਾ ਤੇ ਕੋਈ ਆਈ ਟੀ ਆਈ ਜਾਂ ਕੋਈ ਮਤਲਬ ਹੱਥਾਂ ਵਾਲਾ ਕੰਮ ਹੈ ਕੋਈ, ਤੂੰ ਉਹ ਸਿੱਖ ਤਾਂ ਕਿ ਉਸ ਜਿਹੜੇ 4-5 ਸਾਲ ਹੋਰ ਲੱਗਣੇ ਨੇ ਉਹਦੇ ਵਿੱਚ ਆਪਣੇ ਆਪ ਨੂੰ ਉਸ ਕੰਮ ਦਾ ਮਾਹਿਰ ਬਣਾਓ ਤੁਸੀਂ। ਚਰਨਜੀਤ ਜੀ, ਥੈਂਕ ਯੂ ਸੋ ਮਚ ਫੋਰ ਦਿਸ, ਕਿ ਉਹ ਆਪਣੇ ਆਪ ਨੂੰ ਉਹ ਚੀਜ਼ਾਂ ਕਰਨ ਜਿਹੜਾ ਵੋਟੀ ਵੀ ਦੋਨੋਂ ਬੱਚੇ ਵੀ ਕਾਬਿਲ ਬਣਾਉਣ ਕੇ ਇੱਥੇ ਵਾਸਤੇ ਕੀ ਚਾਹੀਦਾ, rather than spending on his ki oh we illegal te inna paisa jive naseeb ji keh rahe hain leke khade hain loki itthe aan waste oh ta waste hai pura kyunki pehle ik banda yeah lokan nu matlab ke eh halatan da pata hona chahida ki itthe halat ki hai nale hun is waqt jo immigration de halat bane ne Trump saab de hundeya matlab hai ke pata nahi agge ki hona ki nahi hona। Thank you so much ji, really appreciate this call. Let's see ek hi keh rahe ne, hello Satri Kal ji, Arvind Satri Kal ji, haan ji Satri Kal Gyan Singh ji, dasso ki kehnde ho? Vaise to sare mito syane ne jin jina salam dittiyan ne, kinni der aaye nu ho gaye nu ji? Haan ji aaye nu kinni der ho gayi hai? 5 saal keh rahe hain, 5 saal to upar ho gaye hain te inne political asylum apply kita hai? Haan ji work permit hai ede kol? Nahi hai, ਆਈ ਥਿੰਕ ਨਹੀਂ, ਮੈਨੂੰ ਨਹੀਂ ਪਤਾ, ਬਟ ਪ੍ਰੋਸੈਸ ਚੱਲ ਰਿਹਾ, ਵਾਪਸ ਨਹੀਂ ਜਾ ਸਕਦੇ ਵਰਕ ਪਰਮਿਟ ਦੇ ਨਾਲ, ਸ਼ਾਇਦ ਪਰੋਲ ਮਿਲ ਜਾਣਾ। ਚਲੋ ਮੈਂ ਤੁਹਾਨੂੰ ਪੁੱਛਣਾ ਸੀਗਾ, ਚਲੋ ਅੱਜ ਤਾਂ ਜੇ ਕੁਝ ਕਮਾ ਕੇ ਕੋ ਰੱਖ ਲਿਆ ਤਾਂ ਬਹੁਤ ਚੰਗੀ ਗੱਲ, ਜੇ ਸਾਰੇ ਕਮਾਏ ਇੰਡੀਆ ਘੱਲ ਕੇ ਜਾਂ ਇੱਥੇ ਖਰਾਬ ਕਰ ਲਿਆ ਫਿਰ ਤਾਂ ਬਸ ਖਤਮ ਹੀ ਇਹਦਾ। ਮੈਂ ਇੱਕੋ ਸਲਾਹ ਦਊਂਗਾ ਵੀ ਤੂੰ ਸੇਵਿੰਗ ਕਰ ਕੁਛ ਆਪਣੇ ਵਾਸਤੇ ਵੱਖਰੀ, ਘਰਦਿਆਂ ਨੂੰ ਖਰਚਾ ਵੀ ਦੇ ਜ਼ਰੂਰਤ ਅਨੁਸਾਰ, ਆਪਣੀ ਵੱਖਰੀ ਸੇਵਿੰਗ ਜ਼ਰੂਰ ਕਰ, ਖੁਦਾ ਨਾ ਕਰੇ 2-10 ਸਾਲ ਚ ਤੈਨੂੰ ਕਦੀ ਓਦਾਂ ਵੀ ਵਾਪਸ ਜਾਣਾ ਪਵੇ ਤਾਂ ਤੇਰੇ ਕੁਛ ਪੱਲੇ ਹੋਣਾ ਚਾਹੀਦਾ ਆ। ਬਹੁਤ ਵਧੀਆ, ਜੇ ਤੂੰ ਜਿੰਨੀ ਕਮਾਈ ਕੀਤੀ ਓਨੀ ਖਤਮ ਕਰ ਲਈ, ਨਾਲ ਉੱਥੇ ਲਾਤੀ ਇੱਥੇ ਲਾਤੀ, ਤੇ ਫੇਰ ਤਾਂ ਭਰਾਵਾ ਪੱਲੇ ਕੁਛ ਨੀਗਾ। ਕੱਲ ਨੂੰ ਤੇਰਾ ਕੰਮ ਬਣ ਜਾਂਦਾ, ਤੂੰ ਪੱਕਾ ਹੋ ਜਾਂਦਾ ਆ, ਇਹ ਤੋਂ ਗੱਲ ਵੱਖਰੀ ਆ ਨਾ, ਫਿਰ ਜਦੋਂ ਪਰਿਵਾਰ ਤੇਰਾ ਆ ਜਾਊਗਾ, ਪਰਿਵਾਰ ਨੂੰ ਓਨਾ ਕੀ ਖਰਚਾ ਦੇ ਜਿੰਨਾ ਗੁਜ਼ਾਰਾ ਉਹ ਚਲਾ ਸਕਣ, ਸੰਪਰਕ ਪੂਰਾ ਰੱਖ, ਪਰ ਆਪਣੀ ਵੱਖਰੀ ਸੇਵਿੰਗ ਜ਼ਰੂਰ ਕਰ। ਬਹੁਤ ਵਧੀਆ, ਹਾਂ ਇਹਦੀ ਮੇਰੇ ਕੋਲ ਇੱਕ ਮਿਸਾਲ ਵੀ ਹੈ ਜੀ, ਮੇਰੇ ਨਾਲ 2 ਬੰਦੇ ਆਏ ਸੀਗੇ, ਮੈਂ ਤੇ ਇਮੀਗ੍ਰਾਂਟ ਹੀ ਆਣਾ, ਉਹ ਕੱਚੇ ਆਏ ਸੀਗੇ 99 ਵਿੱਚ, ਇੱਕ ਨੇ ਤਾਂ ਪੈਸੇ ਜਿੰਨੇ ਕਮਾਏ ਇੰਡੀਆ ਘੱਲ ਲੈ ਗਿਆ ਉਹਨਾਂ ਲੇਖੇ ਲਾ ਤੇ, ਇੱਕ ਨੇ ਤੇ ਸੇਵਿੰਗ ਕਰ ਲਈ 16 ਦੇ ਵਿੱਚ, ਇੱਕ ਤਾਂ ਖਾਲੀ ਰਹਿ ਗਿਆ ਤੇ ਦੂਜੇ ਨੇ 2-2.5 ਲੱਖ ਦਾ ਮਕਾਨ ਆਪਣਾ ਕਾਇਮ ਕਰ ਲਿਆ ਸੀ, ਜਾਣ ਲੱਗਾ ਉਹ 1 ਕਰੋੜ ਤੋਂ ਉੱਪਰ ਰੁਪਈਆ ਲੈ ਕੇ ਚਲੇ ਗਿਆ ਮੂਜਾਂ ਕਰਦਾ। ਬਹੁਤ ਵਧੀਆ, ਇਹਨੂੰ ਸੇਵਿੰਗ ਜ਼ਰੂਰ ਕਰਨੀ ਚਾਹੀਦੀ ਜੇ ਤੇ ਆਇਆ ਹੀ ਜਾਂਦਾ। ਥੈਂਕ ਯੂ ਸੋ ਮਚ, ਥੈਂਕ ਯੂ ਜੀ ਗਿਆਨ ਸਿੰਘ ਜੀ, ਬਹੁਤ ਵਧੀਆ, ਬੜਾ ਅੱਛਾ ਹੈ ਕਿ ਜ਼ਰੂਰ ਬਚਾਓ। ਨਸੀਬ ਜੀ ਨੇ ਵੀ ਕਿਹਾ, ਸੋ ਸਾਰੇ ਐਕਸਪੀਰੀਅੰਸ ਬੰਦੇ ਦੱਸ ਰਹੇ ਕਿ ਸਾਰਾ ਉੱਥੇ ਬੱਚਿਆਂ ਨੂੰ ਦੇ ਦੇਣਾ, ਜਿਹੜੇ ਬਹੁਤ ਯੰਗ ਨੇ ਉਹ ਉੱਥੇ ਮੋਟਰਸਾਈਕਲ ਤੇ ਕਾਰਾਂ ਲੈਂਦੇ ਹੋਣ, ਉਹ ਨਾ ਹੋਏ, ਗੁਜ਼ਾਰੇ ਲਾਇਕ ਥੋੜਾ ਭੇਜ ਦਿਓ ਤੇ, ਪਰ ਸੇਵਿੰਗ ਕਰੋ ਕਿਉਂਕਿ ਇੱਥੇ ਆਪ ਨੂੰ ਲੋੜ ਵੀ ਪੈਣੀ ਹੈ, ਔਰ ਕੱਲ ਨੂੰ ਜਦੋਂ ਇਕੱਠਾ ਹੋ ਜਾਏਗਾ ਤੇ ਤੁਹਾਡੇ ਕੰਮ ਆਏਗਾ, ਬਾਕੀ ਅਟਰਨੀਜ਼ ਐਂਡ ਆਲ ਬਹੁਤ ਤੁਹਾਨੂੰ ਲੋੜ ਪੈਣੀ ਹੈ। ਇਹਨਾਂ ਦਾ ਵੀ ਫਟਾਫਟ ਕਾਲ ਲੈ ਲੈਣੇ ਆ। ਹੈਲੋ ਰਜਵੰਤ ਜੀ। ਹਾਂਜੀ ਸੁਰਜੀਤ ਜੀ, ਕੀ ਹਾਲ ਤੁਹਾਡਾ? ਹਾਂ ਤਾਂ ਠੀਕ ਹੈ, ਹੁਣ ਮੈਂ ਇੰਡੀਆ ਜਾਣਾਗਾ। ਠੀਕ ਹੈ ਜੀ, 17 ਫਰਵਰੀ ਨੂੰ। ਠੀਕ ਹੈ ਜੀ, ਹਾਂਜੀ ਕੁਝ ਕਹੋਗੇ ਅੱਜ ਦੇ ਬਾਰੇ? ਹਾਂਜੀ ਮੈਂ ਕੁਝ ਕਹੂੰਗੀ, ਜਿਨ੍ਹਾਂ ਨੇ ਮੇਰੇ ਭਰਾ ਭਾਈਆਂ ਨੇ ਕੀਤਾ ਉਹ ਕੋ ਮੈਂ ਕਹਿਣੀ ਆ। ਅੱਛਾ ਜੀ, ਦੱਸੋ। ਬਹੁਤ ਵਧੀਆ, ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤਾ, ਬੜੀ ਵਧੀਆ ਲੱਗੀ ਗੱਲ ਸਾਰਿਆਂ ਨਾਲ ਹੋਈ, ਔਰ ਸਹੀ ਕਹਿ ਰਹੇ ਨੇ, ਇਸ ਵੇਲੇ ਹੌਸਲਾ ਅਫਜ਼ਾਈ ਆਪਣੀ ਸਾਰਿਆਂ ਨੇ ਤੁਹਾਡੀ ਕੋਸ਼ਿਸ਼ ਕੀਤੀ ਹੈ ਕਿ ਸਭ ਦੀ ਇੱਕੋ ਰਾਏ ਹੈ ਕਿ ਇੱਥੇ ਹੀ ਰਹੋ, ਇੱਕ ਇਮੋਸ਼ਨ 'ਚ ਆ ਕੇ ਕਿ ਪਿੱਛੇ ਚਲਾ ਜਾ, ਉਹਦਾ ਕੋਈ ਫਾਇਦਾ ਨਹੀਂ ਹੋਣਾ, ਜਿੰਨੀ ਮਿਹਨਤ ਕੀਤੀ ਹੈ ਉਹ ਖੂਹ ਪੈ ਜਾਣੀ ਹੈ ਇੱਕ ਤਰ੍ਹਾਂ ਨਾਲ, ਸਭ ਦਾ ਤਾਂ ਇਹੀ ਕਹਿਣਾ। ਬਾਕੀ ਟੈਸਟ ਕਰਨਾ
ਵੋਟੀ ਨੂੰ ਨਹੀਂ ਕਰਨਾ, ਉਹ ਉਹੀ ਹੋਣਾ ਜੋ ਹੋਣਾ, ਪਰ ਇਨਵੋਲਵ ਰਹੋ, ਪੂਰਾ ਥੋੜ੍ਹੇ ਪੈਸੇ ਦਿਓ, ਪਿੱਛੇ ਭੇਜੋ, ਇੱਥੇ ਸੇਵਿੰਗ ਕਰੋ, ਐਂਡ ਕੋਸ਼ਿਸ਼ ਕਰੋ ਚੜ੍ਹਦੀ ਕਲਾ 'ਚ ਰਹੋ। ਐਂਡ ਮੈਂ ਜ਼ਰੂਰ ਕਹਾਂਗੀ ਇੱਕ ਵਾਰੀ ਡਾਕਟਰ ਨੂੰ ਜਾ ਕੇ ਮਿਲੋ, ਬਾਕੀ ਦੋਸਤਾਂ ਦੇ ਕੰਮ ਆਓ, ਦੋਸਤਾਂ ਨੂੰ ਮਿਲੋ, ਗੁਰਦੁਆਰੇ ਜਾਓ, ਮੰਦਿਰ ਜਾਓ, ਜਿੱਥੇ ਵੀ ਤੁਸੀਂ ਜਾਣਾ, ਜ਼ਰੂਰ ਇੱਕ ਲਾਈਫ ਇੱਥੇ ਰੱਖੋ, ਥੋੜ੍ਹਾ ਟਾਈਮ ਐਸਾ ਕੰਮ ਤੋਂ ਇਲਾਵਾ, ਸਿਰਫ ਆਪਣੇ ਕਮਰੇ 'ਚ ਆ ਕੇ ਸੌਣ ਦੇ ਇਲਾਵਾ ਕੁਛ ਜ਼ਰੂਰ ਕਰੋ। ਸੋ ਉਹਦੇ ਨਾਲ ਇੱਕ, ਔਰ ਸਭ ਤੋਂ ਵੱਡਾ ਜੋ ਮੇਰਾ ਐਕਸਪੀਰੀਅੰਸ ਹੈ ਕਿ ਐਨ ਜੀ ਓ ਨਾਲ, ਕਿਸੇ ਵੀ ਐਸੀ ਸੰਸਥਾ ਜਿਹਦੇ ਜਿਹੜੀ ਸੇਵਾ ਕਰਦੀ ਹੋਏ, ਭਾਵੇਂ ਉਹ ਖਾਲੀ ਗੁਰਦੁਆਰਾ ਹੀ ਹੈ, ਉਹ ਸੇਵਾ ਵੀ ਬਹੁਤ ਵੱਡੀ ਚੀਜ਼ ਹੈ ਕਿ ਤੁਸੀਂ ਹੱਥੀ ਕਿਸੇ ਹੋਰ ਦਾ ਦੇ ਕੰਮ ਆਓ। ਦੈਟ ਰੀਅਲੀ ਹੈਲਪਸ ਯੂ ਟੂ ਕਮ ਆਊਟ ਆਫ ਯੂਰ ਓਨ ਲੋਨਲੀਨੈਸ, ਐਂਡ ਲੋਨਲੀਨੈਸ ਡੈਫੀਨੇਟਲੀ ਇਜ਼ ਅ ਡਿਜ਼ੀਜ਼, ਇਜ਼ ਅ ਵੈਰੀ ਕੀ ਕਹਿੰਦੇ ਨੇ ਕਿ ਹਰ ਬਿਮਾਰੀ ਫਿਰ ਉੱਥੋਂ ਸ਼ੁਰੂ ਹੋ ਜਾਂਦੀ ਹੈ। ਸੋ ਉੱਥੋਂ ਇਹ ਵਿੱਚੋਂ ਨਿਕਲਣਾ, ਆਪਣੇ ਆਪ ਦੇ ਉੱਤੇ ਫੋਕਸ ਕਰਨਾ ਬਹੁਤ ਜ਼ਰੂਰੀ ਹੈ, ਪੇਪਰਸ 'ਤੇ ਫੋਕਸ ਕਰਨਾ ਬਹੁਤ ਜ਼ਰੂਰੀ ਹੈ। ਸੋ ਸਾਰਿਆਂ ਨੇ ਤੁਹਾਨੂੰ ਰਾਏ ਦਿੱਤੀ ਹੈ, ਜ਼ਰੂਰ ਇਹਦਾ ਧਿਆਨ ਰੱਖਿਓ, ਔਰ ਜ਼ਰੂਰ ਸਾਨੂੰ ਦੱਸਿਓ ਕਿ ਤੁਸੀਂ ਫਾਈਨਲੀ ਕੀ ਕੀਤਾ। ਪਹਿਲੇ ਤੁਸੀਂ ਆਪਣੇ ਆਪ ਨੂੰ ਅਪਲਿਫਟ ਕਰ ਲਓ, ਜ਼ਰੂਰ ਫੀਡਬੈਕ ਦਿਓ। ਕੱਲ੍ਹ ਵਾਸਤੇ ਮੈਂ ਪਹਿਲੇ ਹੀ ਦੱਸਿਆ, ਵੈਡਿੰਗ ਕਿਊਟੂਰ ਮਿੰਨੀ ਚੱਡਾ ਜੀ ਦੇ ਨਾਲ ਅਸੀਂ ਇੱਥੇ ਹੋਵਾਂਗੇ, ਇਟ ਵਿਲ ਬੀ ਅ ਫਨ ਸ਼ੋ। ਸੋ ਵਿਆਹ ਦੇ ਕੱਪੜਿਆਂ ਤੋਂ ਲੈ ਕੇ ਅਤੇ ਹੋਰ ਜਿਹੜੀਆਂ ਚੀਜ਼ਾਂ ਵਿਆਹਾਂ ਵਿੱਚ ਚਾਹੀਦੀਆਂ ਹੁੰਦੀਆਂ, ਉਹ ਤੁਹਾਨੂੰ ਦੱਸਣਗੇ ਕਿ ਕਿੱਥੋਂ ਲੈ ਲੈਣੀਆਂ ਚਾਹੀਦੀਆਂ, ਇੱਥੋਂ ਹੀ ਬੜਾ ਈਜ਼ੀਲੀ, ਰਾਦਰ ਦੈਨ ਕਿ ਸਾਨੂੰ ਜਾਣਾ ਪਏ ਇੰਡੀਆ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।